ਜਸਟਿਸ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ 1984 ਸਿੱਖ ਕਤਲੇਆਮ ਤੇ ਡਾਕਟਰ ਮਨਮੋਹਨ ਸਿੰਘ ਨੇ 35 ਸਾਲ ਬਾਅਦ ਇੱਕ ਅਜਿਹਾ ਬਿਆਨ ਦਿੱਤਾ ਜਿਸ ਵਿੱਚ ਚਾਰ ਪ੍ਰਧਾਨ ਮੰਤਰੀ ਹੈ ਉਹਨਾਂ ਤੇ ਸਵਾਲ ਉੱਠ ਗਏ ਖੁਦ ਡਾਕਟਰ ਮਨਮੋਹਨ ਸਿੰਘ ਤੇ ਵੀ ਇਸ ਵਿੱਚ ਸਵਾਲ ਉੱਠੇ ਆ ਤਿੰਨ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਵਿੱਚੋਂ ਇਸ ਦੁਨੀਆ ਵਿੱਚ ਨਹੀਂ ਹੈਗੇ ਡਾਕਟਰ ਮਨਮੋਹਨ ਸਿੰਘ ਇਕੱਲੇ ਹੈਗੇ ਆ ਤੇ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਤੋਂ ਬਾਅਦ ਚਾਰ ਪ੍ਰਧਾਨ ਮੰਤਰੀਆਂ ਤੇ ਸਵਾਲ ਪੁੱਛੇ ਜਾਣ ਲਾਜ਼ਮੀ ਹੈਗੇ ਆ 1984 ਤੇ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕੀ ਹੈਗਾ ਉਹ ਵੀ ਸੁਣਾ ਕੇ ਜ਼ਰੂਰ ਜਿਹੜੇ ਇਸ ਬਿਆਨ ਨੂੰ ਅਧੂਰਾ ਦੱਸਦੇ ਪਏ ਹੈਗੇ ਆ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਅਧੂਰਾ ਕਿਉਂ ਲੱਗਦਾ ਪਿਆ ਹੈਗਾ ਡਾਕਟਰ ਮਨਮੋਹਨ ਸਿੰਘ ਇਸ ਬਿਆਨ ਦੇ ਜ਼ਰੀਏ ਕਹਿਣਾ ਕੀ ਕੁਛ ਚਾਹੁੰਦੇ ਸੀਗੇ ਉਸ ਨੂੰ ਕਿੰਨਾ ਕੁਝ ਸਮਝਿਆ ਜਾ ਰਿਹਾ ਹੈਗਾ ਉਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ 84 ਤੇ ਬੋਲੇ ਮਨਮੋਹਨ ਸਿੰਘ ਅਧੂਰੇ ਬਿਆਨ 'ਚ ਪੂਰਾ ਸੱਚ ਕੀ ਹੈ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਕਿ ਇਹ ਪਹਿਲਾਂ ਸੁਣ ਲਈਏ When the sad event of 1984 took place, Gujralji, on that very sad evening, he went to the then Home Minister, Shri P.V. Narasimha Rao, and said to him that the situation is so grave that it is necessary for the government to call the army at the earliest. If that advice had been heeded, perhaps the massacre that took place in 1984 could have been avoided. ਇਸ ਬਿਆਨ ਦੇ ਵਿੱਚ ਦੋ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਵਾਰ ਤੇ ਸਵਾਲ ਉੱਠੇ ਆ ਸਾਬਕਾ ਪ੍ਰਧਾਨ ਮੰਤਰੀ ਦਾ ਸਵਾਲ ਉੱਠਿਆ ਤੇ ਪਰਿਵਾਰ ਜਿਹੜਾ ਉਹ ਬਿਆਨ ਦੇ ਰਿਹਾ ਪਰਿਵਾਰ ਨੇ ਕਿਹਾ ਕੀ ਹੈ ਪਹਿਲਾਂ ਸੁਣ ਲਈਏ ਜਿਸ ਵਕਤ ਇੰਦਰਾ ਗਾਂਧੀ ਜੀ ਕੀ ਹੱਤਿਆ ਹੋਈ ਔਰ ਉਸਕੇ ਬਾਅਦ ਛੁਟਪੁਟ ਘਟਨਾਏ ਜਬ ਸ਼ੁਰੂ ਹੋਈ ਤੋ ਗੁਜਰਾਲ ਸਾਹਿਬ ਏਅਰ ਮਾਰਸ਼ਲ ਅਰਜਨ ਸਿੰਘ ਲੈਫਟਨੈਂਟ ਜਨਰਲ ਅਰੋੜਾ ਔਰ ਸ਼੍ਰੀ ਕੁਲਦੀਪ ਨਈਅਰ ਇਹ ਚਾਰੋਂ ਇੱਕ ਵਾਰ ਨਹੀਂ ਉਸ ਦਿਨ ਦੋ ਵਾਰ ਗ੍ਰਹਿ ਮੰਤਰੀ ਕੇ ਪਾਸ ਗਏ ਨਰਸਿਮਹ ਰਾਓ ਜੀ ਕੇ ਪਾਸ ਔਰ ਇਹ ਰਿਕੁਐਸਟ ਕੀ ਕਿ ਆਪ ਆਰਮੀ ਕੋ ਬੁਲਾ ਲੀਜੀਏ ਨਹੀਂ ਤੋ ਬਾਤ ਹੱਥ ਸੇ ਨਿਕਲ ਸਕਤੀ ਹੈ ਆਰਮੀ ਕੇਵਲ 50 ਕਿਲੋਮੀਟਰ ਬਾਹਰ ਬੈਠੀ ਥੀ ਦੋ ਘੰਟੇ ਮੈਂ ਆ ਸਕਤੀ ਥੀ ਅਬ ਕਿਆ ਕਾਰਨ ਥੇ ਕਿਉਂ ਨਹੀਂ ਬੁਲਾਇਆ ਉਹ ਸਾਰੀ ਦੁਨੀਆ ਜਾਣਤੀ ਹੈ It's unacceptable to us. Being the family member, we feel so saddened about this kind of statements given by very close family member of Mr. Narasimha Rao, Dr. Manmohan Singh, giving this this kind of statements is not unacceptable. We feel very, very sad about it. If Dr. Manmohan Singh has to blame only Narasimha Rao, I would also ask Dr. Manmohan Singh to blame Mr. Rajiv Gandhi, the then Prime Minister. Because at that time, his mother has been assassinated by the Sikh the gunman, the security personnel. ਸੱਤ ਸਵਾਲ ਪੁੱਛਾਂਗੇ ਇਹਨਾਂ ਸੱਤ ਸਵਾਲਾਂ ਦੇ ਵਿੱਚ ਇਸ ਪੂਰੀ ਡਿਬੇਟ ਦਾ ਨਿਚੋੜ ਵੀ ਨਿਕਲੇਗਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅਧੂਰੇ ਬਿਆਨ 'ਚ ਪੂਰਾ ਸੱਚ ਹੈ ਇਹ ਸਵਾਲ ਧਿਆਨ ਨਾਲ ਸੁਣਦੇ ਜਾਇਓ ਦੂਜਾ ਸਵਾਲ ਇਹ ਪੁੱਛਿਆ ਜਾਵੇਗਾ ਕਿ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਵੀ ਗਾਂਧੀ ਪਰਿਵਾਰ ਦੀ ਕਠਪੁਤਲੀ ਸੀ 20 ਸ਼ਬਦ ਹੈ ਇਹਦੇ 'ਤੇ ਧਿਆਨ ਦਿਓ 20 ਗਾਂਧੀ ਪਰਿਵਾਰ ਦੀ ਕਠਪੁਤਲੀ ਸੀ ਤੀਜਾ ਸਵਾਲ 84 ਸਿੱਖ ਕਤਲੇਆਮ ਤੇ ਇਹ ਬਿਆਨ ਕਿਸੇ ਜਾਂਚ ਦਾ ਆਧਾਰ ਬਣ ਗਏ ਜਾਂ ਸਿਰਫ ਸਿਆਸੀ ਬਿਆਨ ਹੈਗੇ ਚੌਥਾ ਸਵਾਲ ਇਹ ਪੁੱਛਿਆ ਜਾਵੇਗਾ ਗੁਜਰਾਲ ਦੇ ਬਹਾਨੇ ਸਾਬਕਾ ਪ੍ਰਧਾਨ ਮੰਤਰੀ ਨੇ ਆਪਣਿਆਂ ਨੂੰ ਕਿਹੜਾ ਸ਼ੀਸ਼ਾ ਦਿਖਾਇਆ ਇਹ ਸਵਾਲ ਵੀ ਪੁੱਛਿਆ ਜਾਵੇਗਾ ਪੰਜਵਾਂ ਸਵਾਲ ਇਹ ਪੁੱਛਾਂਗੇ 35 ਸਾਲ ਬਾਅਦ ਡਾਕਟਰ ਮਨਮੋਹਨ ਸਿੰਘ ਸਿੱਖਾਂ ਤੇ ਕਿਹੜੀ ਬਹਿਸ ਛੇੜਨਾ ਚਾਹੁੰਦੇ ਨੇ ਜਾਂ ਸਿੱਖਾਂ ਦੇ ਨੇੜੇ ਦੇਖਣਾ ਚਾਹੁੰਦੇ ਇਹ ਸਵਾਲ ਵੀ ਪੁੱਛਿਆ ਜਾਵੇਗਾ ਨਰਸਿਮਹਾ ਰਾਓ ਤੇ ਆਈ ਕੇ ਗੁਜਰਾਲ ਦੇ ਦੇਹਾਂਤ ਤੋਂ ਬਾਅਦ ਇਹਨਾਂ ਬਿਆਨਾਂ ਦੇ ਕੀ ਮਾਇਨੇ ਹੈਗੇ ਆ ਸੱਤਵਾਂ ਸਵਾਲ ਇਹ ਪੁੱਛਿਆ ਜਾਵੇਗਾ ਇਸ ਬਿਆਨ ਲਈ ਮਨਮੋਹਨ ਸਿੰਘ ਨੇ ਸਾਬਕਾ ਪੀਐਮ ਹੋਣ ਦਾ ਇੰਤਜ਼ਾਰ ਕਿਉਂ ਕੀਤਾ ਇਹ ਸਵਾਲ ਬੜਾ ਮਹੱਤਵਪੂਰਨ ਹੈ ਸਭ ਤੋਂ ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ ਸਿੱਖ ਕਤਲੇਆਮ ਦੇ 35 ਸਾਲ ਬਾਅਦ ਮਨਮੋਹਨ ਸਿੰਘ ਦੇ ਬਿਆਨ ਨਾਲ ਕੌਣ ਕੌਣ ਬੇਪਰਦਾ ਹੋਇਆ ਇਸ ਸਵਾਲ ਤੇ ਬਹਿਸ ਕਰਾਂਗੇ ਪੈਨਲ ਸਾਡਾ ਮੌਜੂਦ ਹੈਗਾ ਉਹਨਾਂ ਦਾ ਤਾਰੁਫ ਕਰਾ ਰਿਹਾ ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਨੇ ਵਿਕਰਮਜੀਤ ਸਿੰਘ ਨੇ ਉਹ ਦੌਰ ਦੇਖਿਆ ਹੋਇਆ ਤੇ ਉਸ ਵੇਲੇ ਇਹ ਦਿੱਲੀ ਵਿੱਚ ਮੌਜੂਦ ਸੀਗੇ ਤੇ ਇਹਨਾਂ ਨੂੰ ਪਤਾ ਹੈਗਾ ਉਦੋਂ ਕੀ ਕੁਝ ਹੋਇਆ ਸੀਗਾ ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਕਸਰ ਇਹਨਾਂ ਮਸਲਿਆਂ ਤੇ ਆਪਣੀ ਬੇਬਾਕੀ ਨਾਲ ਰਾਏ ਰੱਖਦੇ ਹੈਗੇ ਆ ਇਸ ਕਰਕੇ ਡਾਕਟਰ ਢਿੱਲੋਂ ਨੂੰ ਸੱਦਿਆ ਹੈਗਾ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਹਨਾਂ ਨੂੰ ਉਹਨਾਂ ਕਮਿਸ਼ਨਸ ਬਾਰੇ ਵੀ ਪਤਾ ਹੈਗਾ ਉਹਨਾਂ ਜਾਂਚ ਕਮੇਟੀਆਂ ਬਾਰੇ ਵੀ ਪਤਾ ਹੈਗਾ ਜਿਨ੍ਹਾਂ ਵਿੱਚ ਕਿਤੇ ਕਿਤੇ ਜ਼ਿਕਰ ਹੋਇਆ ਸੀਗਾ ਡਾਕਟਰ ਮਨਮੋਹਨ ਸਿੰਘ ਨੇ ਨਵਾਂ ਕੀ ਕਹਿਤਾ ਡਾਕਟਰ ਢਿੱਲੋਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ ਸੁਦੇਵ ਸਿੰਘ ਰੋਪੜ ਕਾਂਗਰਸ ਦੇ ਬੁਲਾਰੇ ਆ ਇਹਨਾਂ ਨੇ ਹਿੰਮਤ ਕੀਤੀ ਹੈ ਕਿ ਇਸ ਡਿਬੇਟ ਦੇ ਵਿੱਚ ਆਇਆ ਅਕਸਰ ਕਾਂਗਰਸ ਇਸ ਡਿਬੇਟ ਤੋਂ ਭੱਜਦੀ ਹੋਈ ਦਿਖਾਈ ਦਿੰਦੀ ਹੈ ਸੁਦੇਵ ਸਿੰਘ ਰੋਪੜ ਤੁਹਾਡਾ ਬਹੁਤ ਸਵਾਗਤ ਹੈ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆ ਨਾਲ ਇਹ ਵਕੀਲ ਵੀ ਹੈਗੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂ ਕਿ ਕਾਨੂੰਨੀ ਨੁਕਤਾ ਕੋਈ ਹੈ ਜਾਂ ਸਿਰਫ ਸਿਆਸੀ ਬਿਆਨਬਾਜ਼ੀ ਹੈਗੀ ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਮਾਲਵਿੰਦ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਦੇ ਤੌਰ ਤੇ ਵਿਚਰਦੇ ਆ ਅਕਸਰ 84 ਦੇ ਸਿੱਖ ਨਸਲ ਕੁਸ਼ੀ ਬਾਰੇ ਲਿਖਦੇ ਰਹਿੰਦੇ ਹੈ ਕਿ ਇਸ ਕਰਕੇ ਇਹਨੂੰ ਸੱਦਿਆ ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਵਾਲ ਸੁਦੇਸ਼ ਸਿੰਘ ਰੋਪੜ ਤੁਹਾਨੂੰ ਕਰਨਾ ਚਾਹੂੰਗਾ ਸੁਦੇਸ਼ ਸਿੰਘ ਰੋਪੜ ਇਸ ਪੂਰੇ ਬਿਆਨ ਦੇ ਨਾਲ ਮਨਮੋਹਨ ਸਿੰਘ ਨੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ
केपी जी, इहदे विच सरदार मनमोहन सिंह ने की ओह करने की कोशिश की है? मेरे ख्याल दे विच तां मैं तां इहनूं एक सिंपल वे नाल लैंदा कि जे कोई उत्थे सवाल होया सी तां सरदार मनमोहन सिंह ने जवाब दिता भी हाँ, और वह पहले भी कई कमिश्नर दे विच आ चुका भी जे आर्मी पहला आ जाती एक्ट कर दी तां ये जड़े इस जो हो 84 दे कतलेआम होया, जो हो 84 दे विच ਉਹ ਐਡੀ ਮਾੜੀ ਘਟਨਾ ਵਾਪਰੀ, ਉਹ ਤੋਂ ਬਚਿਆ ਜਾ ਸਕਦਾ ਸੀ। ਗਾਂਧੀ ਪਰਿਵਾਰ ਨੂੰ ਹੁਣ ਮਾਫੀ ਮੰਗ ਲੈਣੀ ਚਾਹੀਦੀ ਹੈ। ਦੇਖੋ ਗਾਂਧੀ ਪਰਿਵਾਰ, ਕਿਉਂਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਅਧੂਰਾ ਕਹਿ ਕੇ ਵੀ ਸਭ ਕੁਝ ਪੂਰਾ ਕਹਿ ਦਿੱਤਾ। ਨਹੀਂ ਦੇਖੋ ਗੱਲ ਇਹ ਹੈਗਾ, ਇਹ ਹੁਣ ਆਪਾਂ ਉਹੀ ਗੱਲ ਨਾ, ਜੋ ਆਪਾਂ ਇੱਕ ਆਪਣਾ ਹਮੇਸ਼ਾ ਜਦੋਂ ਆਪਾਂ ਕੋਈ ਵੀ ਡਿਬੇਟ ਕਰਦੇ ਹਾਂ ਜਾਂ ਕੋਈ ਵੀ ਇੱਦਾਂ ਦੀ ਗੱਲ ਆਉਂਦੀ ਹੈ, ਆਪਾਂ ਲੈ ਦੇ ਕੇ ਗਾਂਧੀ ਪਰਿਵਾਰ 'ਤੇ ਚੱਲ ਜਾਂਦੇ, ਕਿਉਂਕਿ ਜਿਸ ਟਾਈਮ ਇਹ ਘਟਨਾ ਵਾਪਰੀ ਤਾਂ ਰਾਜੀਵ ਗਾਂਧੀ ਤਾਂ ਦਿੱਲੀ ਦੇ ਵਿੱਚ ਵੀ ਨਹੀਂ ਸੀ, ਇਸ ਕਰਕੇ ਇਹਦਾ ਹੁਣ ਉਸ ਨੂੰ ਆਪਾਂ ਨੂੰ ਉੱਧਰ ਨੂੰ ਲੈ ਕੇ ਜਾਣਾ। ਮੇਰੇ ਖਿਆਲ ਦੇ ਵਿੱਚ ਚਲੋ ਮੈਨੂੰ ਇੱਕ ਸਵਾਲ ਜਵਾਬ ਦਿਓ, ਨਰਸਿਮਾ ਰਾਓ ਵੀ ਗਾਂਧੀ ਪਰਿਵਾਰ ਦੀ ਕਠਪੁਤਲੀ ਸੀ ਜਾਂ ਨਹੀਂ? ਦੇਖੋ ਕੋਈ ਕਿਸੇ ਦੀ ਪਰਿਵਾਰ ਦੀ ਕੋਈ ਕਠਪੁਤਲੀ ਨਹੀਂ ਹੁੰਦਾ, ਠੀਕ ਹੈ ਇਹ ਆਪਾਂ ਹੁਣ ਮੀਡੀਆ। ਨਰਸਿਮਾ ਰਾਓ ਨੇ ਗਲਤੀ ਕੀਤੀ ਜਾਂ ਗਾਂਧੀ ਪਰਿਵਾਰ ਨੇ ਨਰਸਿਮਾ ਰਾਓ ਨੂੰ ਰੋਕ ਦਿੱਤਾ? ਉਸ ਟਾਈਮ ਦੇ ਉੱਤੇ ਨਰਸਿਮਾ ਰਾਓ ਹੋਮ ਮਿਨਿਸਟਰ ਸੀ, ਉਹਨਾਂ ਨੇ ਐਕਟ ਕਰਨਾ ਸੀ, ਨਾ ਉਹ ਕੋਈ ਕਿਸੇ ਦੇ ਹੋਮ ਮਿਨਿਸਟਰ ਰੋਕਿਆ। ਨਰਸਿਮਾ ਰਾਓ ਦੀ ਨਾਕਾਮੀ ਆ ਜਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਾਕਾਮੀ ਆ? ਉਸ ਟਾਈਮ ਤਾਂ ਦੇਖੋ ਪ੍ਰਧਾਨ ਮੰਤਰੀ ਤਾਂ ਉਹ ਆਪਣੇ ਜਿਹੜੇ ਸੀਗੇ ਉਹਨਾਂ ਦਾ ਤਾਂ ਕਤਲ ਹੋ ਚੁੱਕਿਆ ਸੀ ਜਿਸ ਟਾਈਮ ਇਹ ਗੱਲ ਪੜ ਕੇ, ਉਸ ਟਾਈਮ ਪ੍ਰਧਾਨ ਮੰਤਰੀ ਦਾ ਹੀ ਕਤਲ ਹੋਇਆ ਸੀ। ਇਸ ਕਰਕੇ ਨਰਸਿਮਾ ਰਾਓ ਹੋਮ ਮਿਨਿਸਟਰ ਸੀ, ਟੋਟਲ ਜਿਹੜਾ ਲਾ ਐਂਡ ਆਰਡਰ ਦੀ ਜ਼ਿੰਮੇਵਾਰੀ ਸੀ ਹੋਈ ਉਹਨਾਂ ਦੀ, ਇਹ 'ਚ ਕੋਈ ਰੌਲੇ ਵਾਲੀ ਗੱਲ ਹੀ ਨਹੀਂ ਹੈਗੀ। ਸਿਰਫ ਨਰਸਿਮਾ ਰਾਓ ਜ਼ਿੰਮੇਵਾਰ ਹੈ? ਨਹੀਂ, ਮੈਂ ਜ਼ਿੰਮੇਵਾਰ ਤਾਂ ਦੇਖੋ ਜੀ, ਜ਼ਿੰਮੇਵਾਰ ਤਾਂ ਜਿਹੜੇ ਨੇ ਵੀ ਕੀਤਾ ਹੈਗਾ, ਉਹ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਹਾਂ ਸਾਡਾ ਸਪਸ਼ਟ ਸਟੈਂਡ ਆ, ਉਹਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਔਰ ਅਸੀਂ ਇਸ ਗੱਲ ਦੇ ਹੱਕ 'ਚ ਹਾਂ, ਠੀਕ ਹੈ ਵੀ ਇਹ ਕੋਈ ਇੱਦਾਂ ਕੋਈ ਪਲਾਂਟ ਨਹੀਂ ਹੁੰਦਾ ਜਾਂ ਕੁਝ ਹੋਰ ਨਹੀਂ ਹੁੰਦਾ, ਉਹ ਠੀਕ ਹੈ ਵੀ ਉਹ ਇੱਕ ਹੋਇਆ, ਉਹ ਬੜਾ ਮੰਦਭਾਗਾ ਹੋਇਆ, ਔਰ ਉਹਦੇ ਜਿਹਨੇ ਵੀ ਕੀਤਾ ਹਮੇਸ਼ਾ ਸਾਡੀ ਪਾਰਟੀ ਦਾ ਸਟੈਂਡ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਠੀਕ ਹੈ, ਕਲੀਅਰ ਸਾਹਿਬ, ਤੁਹਾਨੂੰ ਇਹ ਬਿਆਨ ਅਧੂਰਾ ਕਿਉਂ ਲੱਗਦਾ ਪਿਆ? ਕੇਪੀ ਜੀ, ਬਿਆਨ ਅਧੂਰਾ ਇਸ ਤਰੀਕੇ ਨਾਲ ਹੈ ਕਿ 35 ਸਾਲ ਬਾਅਦ, 35 ਸਾਲ ਲੱਗੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਇਹ ਗੱਲ ਐਡਮਿਟ ਕਰਨ 'ਚ, ਜੋ ਸਾਡਾ ਇੰਨੇ ਸਾਲਾਂ ਤੋਂ ਸਟੈਂਡ ਹੈ, ਸਿੱਖਾਂ ਦਾ ਸਟੈਂਡ ਹੈ ਕਿ ਉੱਥੇ ਉਹ ਕੋਈ ਦੰਗੇ ਨਹੀਂ ਸੀਗੇ, ਉਹ ਸਿੱਖਾਂ ਦਾ ਕਤਲੇਆਮ ਸੀ, ਬਹੁਤ ਹੀ ਪਲੈਨਡ ਤਰੀਕੇ ਦੇ ਨਾਲ ਕੀਤਾ ਹੋਇਆ ਕਤਲੇਆਮ ਸੀ। ਔਰ ਇਹ ਅਧੂਰਾ ਇਸ ਗੱਲੋਂ ਬਿਆਨ ਹੈ ਕਿ ਉਰੇ ਆ ਕੇ ਸਰਦਾਰ ਮਨਮੋਹਨ ਸਿੰਘ ਨੇ ਇਹ ਤਾਂ ਗੱਲ ਕਹਿ ਦਿੱਤੀ ਕਿ PV ਨਰਸਿਮਾ ਰਾਓ ਨੂੰ ਮਿਲੇ ਸੀ ਗੁਜਰਾਲ ਸਾਹਿਬ, ਅਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਫੌਜ ਲਗਾ ਦਿਓ। ਪਰ ਗਾਂਧੀ ਪਰਿਵਾਰ ਜਿਹੜੇ ਜਿਹਦੇ ਮਰਜ਼ੀ ਤੋਂ ਬਿਨਾਂ ਕਾਂਗਰਸ ਦੇ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ, ਉਹਦਾ ਨਾਂ ਲੈਣ ਤੋਂ ਚੂਕ ਗਏ ਜਾਂ ਜਾਣ ਬੁੱਝ ਕੇ ਉਹ ਲੈਣਾ ਨਹੀਂ ਚਾਹੁੰਦੇ। ਕਿਤੇ ਨਾ ਕਿਤੇ ਮੈਂ ਇਹ ਗੱਲ ਮੰਨਦਾ ਕਿ ਰਾਜੀਵ ਗਾਂਧੀ ਦੀ ਸ਼ਹਿ ਦੇ ਉੱਤੇ ਜੋ ਵੀ ਦਿੱਲੀ ਦੇ ਵਿੱਚ ਤਾਂਡਵ ਖੇਡਿਆ ਗਿਆ, ਸਿੱਖਾਂ ਦਾ ਜੋ ਕਤਲੇਆਮ ਕੀਤਾ ਗਿਆ ਇੱਕ ਪਲੈਂਡ ਤਰੀਕੇ ਨਾਲ ਕੀਤਾ ਗਿਆ, ਉਹਦੇ 'ਚ ਸਭ ਤੋਂ ਮੇਨ ਅਹਿਮ ਕੜੀ ਜਿਹਦੇ ਹੁਕਮਾਂ ਨਾਲ ਸਾਰਾ ਕੁਛ ਹੋ ਰਿਹਾ ਸੀ, ਉਹ ਰਾਜੀਵ ਗਾਂਧੀ ਦੇ ਹੁਕਮਾਂ ਨਾਲ ਹੋ ਰਿਹਾ ਸੀ। ਔਰ ਮੈਂ ਚਲੋ ਫਿਰ ਵੀ ਮੰਨਦਾ ਕਿ ਬੀਇੰਗ ਅ ਸਿੱਖ, 35 ਸਾਲ ਬਾਅਦ ਉਹਨਾਂ ਨੇ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਅੱਜ ਇਹ ਗੱਲ ਕਹੀ ਹੈ। ਸੋ ਸਰਦਾਰ ਮਨਮੋਹਨ ਸਿੰਘ ਨੂੰ ਹੁਣ ਅੱਗੇ ਆਉਣਾ ਚਾਹੀਦਾ। ਮੈਂ ਤਾਂ ਇਹ ਗੱਲ ਕਹੂੰਗਾ ਕਿ ਸਿੱਟ ਦੇ ਕੋਲੇ ਜਾ ਕੇ ਵੀ ਉਹਨਾਂ ਨੂੰ ਇਹਦੇ ਬਾਰੇ ਬਹੁਤ ਕੁਛ ਪਤਾ, ਇਹਦਾ ਮਤਲਬ ਅਗਰ ਅੱਜ ਉਹ ਕਹਿੰਦੇ ਨੇ ਉਹਨਾਂ ਨੂੰ ਮੀਡੀਆ ਦਾ ਪਤਾ, ਇਸ ਬਿਆਨ ਦੀ ਕਾਨੂੰਨੀ ਵੈਲਿਊ ਹੈ? ਇਸ ਬਿਆਨ ਦੀ ਕਿਉਂ ਕਾਨੂੰਨੀ ਵੈਲਿਊ ਨਹੀਂ ਹੈਗੀ ਜੀ? ਅਗਰ ਇਹ ਸਿੱਟ ਦੇ ਅੱਗੇ ਜਾਣ, ਇਹ ਪ੍ਰਧਾਨ ਮੰਤਰੀ ਰਹੇ ਨੇ ਉਸ ਟਾਈਮ ਵੀ ਇੱਕ ਬਹੁਤ ਜ਼ਿੰਮੇਵਾਰ ਅਹੁਦੇ 'ਤੇ ਸੀ, ਇਹ RBI ਦੇ ਗਵਰਨਰ ਸੀ ਉਸ ਟਾਈਮ। ਸੋ ਇਹਨਾਂ ਦੀ ਇਹ ਗੱਲ ਕਹਿਣੀ ਹੈ ਬਹੁਤ ਆਪਣੇ ਆਪ 'ਚ ਬਹੁਤ ਵੱਡੀ ਹੈ। ਮੈਂ ਤਾਂ ਕਹੂੰਗਾ ਸਿੱਟ ਨੂੰ ਇਹਨਾਂ ਨੂੰ ਬੁਲਾਉਣਾ ਚਾਹੀਦਾ, ਇਹਨਾਂ ਦੇ ਬਿਆਨ ਰਿਕਾਰਡ ਕਰਨੇ ਚਾਹੀਦੇ। ਵਿਕਰਮਜੀਤ ਸਿੰਘ, ਤੁਹਾਨੂੰ ਡਾਕਟਰ ਮਨਮੋਹਨ ਸਿੰਘ ਦੇ ਇਸ ਬਿਆਨ ਨਾਲ ਕੀ ਸਮਝ ਆਉਂਦਾ ਹੈ ਕਿ ਕੌਣ ਕੌਣ ਬੇਪਰਦਾ ਹੋ ਗਿਆ? ਆਈ ਥਿੰਕ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਮੰਤਰੀ ਜੀ ਸਾਬਕਾ ਮਨਮੋਹਨ ਸਿੰਘ ਜੀ ਨੇ ਆਪਣੇ ਆਪ ਨੂੰ ਐਕਸਪੋਜ਼ ਕਰਤਾ ਹੈ। ਹਿਜ਼ ਰੋਇਲਟੀ ਟੂ ਦ ਗਾਂਧੀ ਫੈਮਿਲੀ ਇਜ਼ ਹਿਜ਼ ਗਾਈਡਿੰਗ ਪ੍ਰਿੰਸੀਪਲ ਇਨ ਹਿਜ਼ ਲਾਈਫ, ਕਿਉਂਕਿ ਜਿਹੜੀ ਰਾਜੀਵ ਗਾਂਧੀ ਜੀ ਦਾ ਰੋਲ ਸੀ ਉਹ ਸਭ ਤੋਂ ਕੰਟਰੋਵਰਸ਼ਲ ਰੋਲ ਰਿਹਾ ਹੈ ਇਨ ਦੀ 84 ਪ੍ਰੋਗਰਾਮ। ਇਟ ਇਜ਼ ਨੋਟ ਅ ਰਾਈਟ, ਇਟ ਵਾਜ਼ ਅ ਪ੍ਰੋਗਰਾਮ, ਇਟ ਵਾਜ਼ ਅ ਮੈਸੇਕਰ, ਜਿਸ ਤਰ੍ਹਾਂ ਮਨਮੋਹਨ ਸਿੰਘ ਜੀ ਨੇ ਹੁਣੇ ਆਪਣੇ ਬਿਆਨ 'ਚ ਕਿਹਾ ਕਿ ਇਟ ਵਾਜ਼ ਅ ਮੈਸੇਕਰ। ਰਾਜੀਵ ਗਾਂਧੀ ਜੀ ਦਾ ਰੋਲ ਸਭ ਤੋਂ ਇੰਪੋਰਟੈਂਟ ਸੀ ਕਿਉਂਕਿ ਹੋਮ ਮਿਨਿਸਟਰ ਨਰਸਿਮਾ ਰਾਓ ਸੀ। ਨਰਸਿਮਾ ਰਾਓ ਇਜ਼ ਨੋਨ ਫੋਰ ਵਾਜ਼ ਨੋਨ ਫੋਰ ਇਨਡਿਸਾਈਸਿਵਨੈਸ ਐਟ ਕ੍ਰਿਟੀਕਲ ਜੰਕਚਰਸ। ਕਾਗਜ਼ੀ ਸ਼ੇਰ ਕਹਿੰਦੇ ਸੀ। ਹਾਂ, ਜਦ ਪ੍ਰਧਾਨ ਮੰਤਰੀ ਬਣੇ ਨਰਸਿਮਾ ਰਾਓ ਜੀ, ਉਹਨਾਂ ਨੇ 1992 ਵਿੱਚ ਬਾਬਰੀ ਮਸਜਿਦ ਉਹਨਾਂ ਦੇ ਟਨਿਓਰ ਦੇ ਅੰਡਰ ਡਿਮੋਲਿਸ਼ ਹੋਇਆ, ਐਂਡ ਹੀ ਸ਼ੋਡ ਸੇਮ ਉਹ ਕਹਿੰਦੇ ਨਾ ਇਨਡਿਸਾਈਸਿਵਨੈਸ ਜਾਂ ਇੰਪੋਰਟੈਂਸ ਵੀ ਕਹਿ ਲਓ, ਵਟ ਐਵਰ ਯੂ ਮਾਈਟ ਸੇ ਇਟ। ਬਟ ਅਗਰ ਨਰਸਿਮਾ ਰਾਓ ਆਰਮੀ ਨੂੰ ਰਿਕਮੈਂਡ ਵੀ ਕਰਦਾ ਪ੍ਰਧਾਨ ਮੰਤਰੀ ਜੀ ਨੂੰ ਜਾਂ ਕੈਬਨਿਟ ਨੂੰ, ਇਹ ਬੜਾ ਚਾਂਸ ਸੀਗਾ ਕਿ ਕੈਬਨਿਟ ਜਾਂ ਰਾਜੀਵ ਗਾਂਧੀ ਨੇ ਉਹਨੂੰ ਨਕਾਰ ਦੇਣਾ ਸੀ ਜਾਂ ਰਿਜੈਕਟ ਕਰ ਦੇਣਾ ਸੀ। ਕਿਉਂ? ਕਿਉਂਕਿ ਕਾਂਗਰਸ ਅੰਡਰ ਰਾਜੀਵ ਗਾਂਧੀ ਇੱਕ ਬਦਲਾ ਲੈ ਰਹੀ ਸੀ ਫੋਰ ਪੋਲੀਟੀਕਲ ਗੇਨਸ ਐਂਡ ਫੋਰ ਪਰਸਨਲ ਰਿਵੈਂਜ। ਔਰ ਇਹ ਸਾਰੀ ਗੱਲ ਜਿਹੜੀ ਹੈ ਉਹ ਸਾਫ਼ ਹੁੰਦੀ ਹੈ ਨਵੰਬਰ 19, 1984 ਜਦ ਰਾਜੀਵ ਗਾਂਧੀ ਜੀ ਇੱਕ ਸਪੀਚ ਦਿੰਦੇ ਨੇ, ਜੋ ਸਾਨੂੰ ਸਭ ਨੂੰ ਪਤਾ ਕਿ ਜਦ ਬੜਾ ਪੇੜ ਗਿਰਦਾ ਔਰ ਧਰਤੀ ਤੋਂ ਥੋੜ੍ਹੀ ਹਿਲਤੀ ਹੈ,
पर उस स्पीच विच राजीव गांधी जी ने यह नहीं मैनशन किया कि बड़े विक्टम्स मरे ने उन्हां दा कोई मैनशन नहीं सी। राजीव गांधी जी ने यह नहीं किया कि जिहड़े लोगों ने कतलेआम किया उन्होंने कंडेम नहीं किया राजीव गांधी जी ने। इंस्टेड राजीव गांधी जी ने कहा कि देश नूं स्ट्रैटेजिक डेंजर हो सकता हैगा इन हालातों तो सो उन्हां दा ह्यूमन राइट्स या राइट्स ऑफ द सिक्स या जिहड़े लोग मरे उन्हां ते नहीं सी स्ट्रैटेजिक डेंजर। थोड़ा अगे वधना चाहुंदा जिहड़ी गल तुसीं कह रहे हो कि उन्होंने गांधी परिवार नूं बचाया डॉक्टर मनमोहन सिंह तुसीं इह कह रहे हो ना। मेरा सवाल यह है कि उन्होंने बयान दे विच निशाना ही गांधी परिवार दिखता पिया नहीं वो तो ओब्लीकली आ गया ना राजीव गांधी उन्होंने कॉन्ट्रोवर्सी फिर रेज करती हैगी बट ही हैज प्रूवन हिज ओन क्रेडेंशियल्स के मैं तो गांधी सारी ब्लेम उन्होंने नरसिम्हा राव से सुटती है नहीं असं उतों तक सोच सकते हैं ना नहीं गांधी परिवार को असिधे तौर पर घेर लिया नहीं सोच सकते नहीं वो तुहाडी इंटरप्रिटेशन है। देखो मनमोहन सिंह ने तो अपनी गांधी फैमिली को प्रोटेक्ट ही किया ही हैज ऑलवेज शील्डेड देम फ्रॉम एनी काइंड ऑफ थिंग सो ही फ्रॉम हिज पॉइंट ऑफ व्यू नरसिम्हा राव तो डॉक्टर मनमोहन सिंह दूर हो गए। हाँ उन्होंने देखो नरसिम्हा राव ने ही मनमोहन सिंह जी को फाइनेंस मिनिस्टर बनाया और उन्होंने शील्ड किया फ्रॉम द रेस्ट ऑफ द कैबिनेट क्योंकि रेस्ट ऑफ द कैबिनेट वॉज नॉट एक्सैप्टिंग मनमोहन सिंह बट नरसिम्हा राव बैक्ड हिम सो उन्होंने लीडर रहे ने उन्होंने पूरी बट देखो जब सच्चाई आती है एक स्टेट्समैन या लीडर के सामने वो ही नहीं देखता का मेरा लीडर पिछे कौन सी कौन नहीं सीगा बट आई थिंक के पी जी यू हैव टू कम डाउन टू द बेसिक क्वेश्चन अबाउट द आर्मी। मैं सवाल ते आऊंगा पहले मैंने एक सवाल का जवाब दे दो फिर मैं फिर ब्रेक लेके वापस आऊंगा। मैं आर्मी वाले सवाल ते आऊंगा जरूर आऊंगा मैंने एक सवाल का जवाब दे दो कित ये तो नहीं कि नरसिम्हा राव को बचा लिया तो गांधी परिवार को फसा दिता डॉक्टर मनमोहन सिंह ने नरसिम्हा राव को फसा दिता तो गांधी परिवार को बचा लिता। देखो वो तुहाडी इंटरप्रिटेशन रहेगी और पोलिटिकली इहदा की रैमिफिकेशन होंगे ने बट आई थिंक यू शुड ऑलसो नो दैट आर्मी के क्वेश्चन उपर देवर ऑर्डर फ्रॉम आर्मी हैडक्वार्टर नॉट टू पुल इन द आर्मी और एक कितों आ रही है गल सच्चाई। मेजर जनरल जगजीत सिंह जमवाल वॉज जी ओ सी डेली एरिया इन 1984 उन्हों का बयान है उन्होंने रिकॉर्ड पर किया है कि मैं आर्मी हैडक्वार्टर नूं किया कि साढ़े ट्रुप्स मेरठ विच बैठे ने और विद इन टू आवर्स दे कैन रीच दिल्ली और उन्होंने जी डिमांड सी टू आर्मी हैडक्वार्टर के ट्रुप्स कैन रीच दिल्ली विद इन टू आवर्स एंड वी कैन फिनिश द मैसेकेयर was not accepted by army headquarters. A bahut important point hai. It is not just Narasimha Rao. Orders had also come to army headquarters which is under defense ministry, not home ministry. Yani ke fauj bhi sawal cha bilkul sawal cha ki kyunki inna nu orders bade side to aaye ne ke tusi is nu 3 din chalan do. Dekho army 3 tarikh de baad aayi. Manmohan Singh Kharana nu oh gal pata hogi बिल्कुल मनमोहन सिंह। चलो एक छोटा ब्रेक लवेंगे ब्रेक तो वापस आवेंगे 84 ते बोले डॉक्टर मनमोहन सिंह ते इस सवाल ते वापस आ रहे अधूरे बयान में पूरा सच की है क्या उस पूरे सच नूं समझना है क्या संजीदा डिबेट असी करांगे हर सवाल है जिहड़ा तुहाडे जहन दे विच होवेगा वो सवाल इस मंच ते पूछा जाएगा ब्रेक तो वापस आ रहे बड़ा सवाल असी पूछ रहे इस डिबेट के सिख कतलेआम के 35 साल बाद मनमोहन सिंह के बयान नाल कौन कौन बेपरदा होया। माली साहब मैं 7 सवाल रखे थे 7 सवाल असं पूछ रहे हैं उन्होंने सवालों के यह भी जिक्र है कि 35 साल बाद डॉक्टर मनमोहन सिंह घट गिनती सिखा से कि नवी बहस छेड़ना चाहते हैं। देखो जी जो मसला ना दो पक्षों तो विचार वाला एक स्टेट की सरकार की नीत तो नीति की है घट गिनती बारे दूजी गल यह है भी इस नीति वखो वखरे समय कि सरकार व्यक्ति कि पार्टियां किड़े बंदे किमें लागू करते हैं। एक गल बहुत साफ आ जदों भारतीय संविधान बनया घट गिणतियां दे हक्कां नूं महफूज रखण लई एक कमेटी बनी वो कमेटी की रिपोर्ट विचारी नहीं गई और रद्दी की टोकरी ते अज तक पई आ सिट्टे वजों सिखां दे नुमाइंदिआं ने संविधान दे ओह ते दस्तक नहीं कीते सी क्योंकि सिखां नूं उदों पहलां बड़े वादे कीते गए सी। दूजी गल सवाल जे तुसीं सिर्फ इत्थे बंदिआं दी गल करोगे फिर जिवें बिक्रमजीत उहनां ने कहा बाबरी मस्जिद ढाही भी गई है ना जी उत्थे मूर्तियां रख के पूजा करन दी इजाजत भी राजीव गांधी वाले दित्ती गई है ना जी। उदों पहला ये नवंबर की गल करते आपां दरबार साहब ते फौजी हमला होया वड्डे पद्धर ते सिखां दा कतलेआम किया वुडरोज होया सारा पंजाब छाण के सैकड़े लोग हजारा लोग से जिहड़े फट फट के मारे ते जेलां च तुन्ने 84 उदों बाद दी गल आ जे तुसीं इहनूं लगातारता च नहीं देखोगे 84 च जो होया सारी दुनिया कह रही थी पहला भी दरबार साहब ते जिन्हें हमला किया सिखा ने उहदा बदला लिया इतिहासक रवायतों ने आम गल चलती सी 84 दिनों तो वध नहीं जिउंदा 117 दिनों तो वध नहीं जिउंदा यह गल चलती सी
ਇਹ ਜਦੋਂ ਘਟਨਾ ਵਾਪਰੀ ਉਦੋਂ ਬਾਅਦ ਸਿੱਖਾਂ ਨੂੰ ਗਿਣ ਮਿੱਥ ਕੇ ਸਜ਼ਾ ਦਿੱਤੀ ਗਈ। ਰਾਜੀਵ ਗਾਂਧੀ ਨੇ ਉਸ ਤੋਂ ਪਹਿਲਾਂ ਐਜ ਏ ਪ੍ਰਧਾਨ ਮੰਤਰੀ ਸਹੁੰ ਚੁੱਕ ਲਈ ਸੀ। ਦੰਗੇ ਜਿਹਨੂੰ ਇਹ ਕਹਿੰਦੇ ਨੇ ਕਤਲੇਆਮ ਸ਼ੁਰੂ ਹੋਣ ਤੋਂ ਪਹਿਲਾਂ ਰਾਜੀਵ ਗਾਂਧੀ ਨੇ ਸਹੁੰ ਚੁੱਕ ਲਈ ਸੀ ਅਤੇ ਉਦੋਂ ਹੁਕਮ ਸੀ ਜਿਹੜੇ ਸਾਰੇ ਹੋਏ ਉਹਦੇ ਲਈ ਸਰਕਾਰ ਦਾ ਸਾਰਾ ਤੰਤਰ ਜ਼ਿੰਮੇਵਾਰ ਆ, ਪੁਲਿਸ ਵੀ ਜ਼ਿੰਮੇਵਾਰ ਆ, ਇਹ ਤਾਂ ਕਹਿੰਦੇ ਪ੍ਰਧਾਨ ਮੰਤਰੀ ਹੈ ਹੀ ਨਹੀਂ ਜ਼ਿੰਮੇਵਾਰ ਆ, ਇਹ ਤਾਂ ਕਹਿੰਦੇ ਪ੍ਰਧਾਨ ਮੰਤਰੀ ਹੈ ਹੀ ਨਹੀਂ ਜਦੋਂ ਨਹੀਂ ਚਲੋ ਤੱਥ ਦੇ ਪੱਖੋਂ ਆਪਾਂ ਇਹਨੂੰ ਹੋਰ ਕਲੀਅਰ ਕਰ ਲਾਂਗੇ। ਢਿੱਲੋਂ ਸਾਹਿਬ ਜਦ ਦੱਸ ਦੇਣਗੇ ਉਦੋਂ ਪਹਿਲਾਂ ਉਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਸੀ, ਉਦੋਂ ਬਾਅਦ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ। ਇਹ ਠੀਕ ਆ ਇਹੋ ਜਿਹੀ ਸਿਚੁਏਸ਼ਨ 'ਚ ਕੁਛ ਬੰਦਿਆਂ ਨੇ ਕੋਸ਼ਿਸ਼ ਕੀਤੀ ਵੀ ਆਹ ਕੀਤਾ ਜਾਵੇ, ਪਰ ਇੱਕ ਨਿਸ਼ਾਨੇ 'ਤੇ ਸਿੱਖ ਲਏ ਹੋਏ ਸੀ ਨਾ ਜੀ ਪਹਿਲਾਂ, ਉਹ ਸਬਕ ਪਹਿਲਾਂ ਲਗਾਤਾਰ ਸਿਖਾਉਂਦੇ ਆ ਰਹੇ ਸੀ ਅਤੇ ਆਹ ਮੌਕਾ ਨੇ ਇਹਨੂੰ ਇਹਨਾਂ ਨੇ ਰੱਜ ਕੇ ਵਰਤਿਆ। ਇਕੱਲੇ ਇਹਨਾਂ ਨੇ ਨਹੀਂ, ਦੇਖੋ ਜਦੋਂ ਆਪਾਂ ਕਹਿੰਦੇ ਹਾਂ ਸਟੇਟ ਨੇ ਕੀਤਾ ਤਾਂ ਅੱਜ ਜਿਹੜੀ ਭਾਰ ਐਂ ਕਿਉਂ ਕਹਿੰਦੇ ਹਾਂ ਜੀ ਅਸੀਂ ਵੀ ਰਾਜੀਵ ਗਾਂਧੀ ਮਾਫ਼ੀ ਮੰਗੇ, ਕਾਂਗਰਸ ਮਾਫ਼ੀ ਮੰਗੇ, ਕਾਮਾਗਾਟੋ ਮਾਰੂ ਦੀ ਉਦੋਂ ਦੀਆਂ ਸਰਕਾਰਾਂ ਮੰਗਣਗੀਆਂ, ਸਟੇਟ ਮਾਫ਼ੀ ਮੰਗੇ। ਅੱਜ ਦੀ ਜਿਹੜੀ ਸਟੇਟ ਆ ਉਹ ਕਿਸੇ ਦੀ ਵੀ ਹੋਵੇ ਉਹਨੂੰ ਮਾਫ਼ੀ ਮੰਗਣੀ ਚਾਹੀਦੀ ਆ, ਉਹਨੂੰ ਇਹ ਕਹਿਣਾ ਚਾਹੀਦਾ ਉਸ ਵੇਲੇ ਦੀ ਸਰਕਾਰ ਜ਼ਿੰਮੇਵਾਰ ਆ। ਠੀਕ ਠੀਕ, ਜੇ ਰਾਜਨਾਥ ਸਿੰਘ ਲੋਕ ਸਭਾ 'ਚ ਇਹ ਕਹਿੰਦਾ ਵੀ ਉਹ ਦੰਗੇ ਨਹੀਂ ਸੀ ਕਤਲੇਆਮ ਸੀ ਤਾਂ ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ, ਜੋ ਕੁਛ ਹੋਇਆ ਉੱਥੇ ਸਰਕਾਰ ਨੂੰ ਮੰਗਣੀ ਚਾਹੀਦੀ ਆ। ਕਲੀਅਰ ਸਾਹਿਬ, ਮੈਨੂੰ ਸਵਾਲ ਜਵਾਬ ਦਿਓ, ਮੈਂ ਫਿਰ ਡਾਕਟਰ ਢਿੱਲੋਂ ਕੋਲ ਜਾਣਾ। ਸਟੇਟ ਨੂੰ, ਸਰਕਾਰ ਨੂੰ ਇਸ ਵੇਲੇ ਮਾਫ਼ੀ ਮੰਗਣੀ ਚਾਹੀਦੀ ਆ। ਡਾਕਟਰ ਮਨਮੋਹਨ ਸਿੰਘ ਖਰਾ ਨੇ 10 ਸਾਲ ਬਤੌਰ ਪ੍ਰਧਾਨ ਮੰਤਰੀ ਕੰਮ ਕੀਤਾ ਹੈਗਾ, ਉਦੋਂ ਉਹਨਾਂ ਨੇ ਜੋ ਕੀਤਾ ਤੁਹਾਡੇ ਸਾਹਮਣੇ ਹੈਗਾ। ਹੁਣ ਸਾਬਕਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜਿਹੜਾ ਸਵਾਲ ਉਹਨਾਂ ਨੇ ਤੁਹਾਡੀ ਸਰਕਾਰ ਅੱਗੇ, ਤੁਹਾਡੀ ਪਾਈਵਲ ਸਰਕਾਰ ਅੱਗੇ ਰੱਖਤਾ, ਉਸ ਦਾ ਜਵਾਬ ਕੀ ਦਿਓਗੇ ਤੁਸੀਂ? ਕੇਪੀ ਜੀ, ਗੱਲ ਇਹ ਹੈਗੀ ਹੈ ਕਿ ਸਰਦਾਰ ਮਨਮੋਹਨ ਸਿੰਘ 10 ਸਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਉਸ ਤੋਂ ਪਹਿਲਾਂ ਫਾਈਨੈਂਸ ਮਿਨਿਸਟਰ ਨਰਸਿਮਹਾ ਰਾਓ ਦੀ ਸਰਕਾਰ 'ਚ ਵੀ ਰਹੇ। ਜਿਵੇਂ ਮੈਂ ਕਿਹਾ 84 ਵੇਲੇ ਵੀ ਮਾਫ਼ੀ ਮਨਮੋਹਨ ਸਿੰਘ ਜੀ ਆਪਣੇ ਭਾਸ਼ਣ ਸਭ ਤੋਂ ਪਹਿਲੀ ਜੇ ਕਿਸੇ ਬੰਦੇ ਦੀ ਮਾਫ਼ੀ ਮੰਗ ਬਣਦੀ ਹੈ ਤਾਂ ਸਰਦਾਰ ਮਨਮੋਹਨ ਸਿੰਘ ਦੀ ਮਾਫ਼ੀ ਬਣਦੀ ਹੈ ਕਿ ਮੈਂ ਵੀ ਉਸ ਟਾਈਮ ਇੱਕ ਜ਼ਿੰਮੇਵਾਰ ਅਹੁਦੇ 'ਤੇ ਸੀ, ਸਰਕਾਰ ਦੇ ਵਿੱਚ ਮੇਰੀ ਪਹੁੰਚ ਸੀ, ਮੈਂ ਪ੍ਰਧਾਨ ਮੰਤਰੀ ਰਿਹਾ, 10 ਸਾਲ ਪ੍ਰਧਾਨ ਮੰਤਰੀ ਰਿਹਾ, ਪਰ ਮੈਂ ਕੁਛ ਨਹੀਂ ਕਰ ਸਕਿਆ। ਉਹਨਾਂ ਨੂੰ ਵੀ ਇਸ ਗੱਲ ਦੀ ਬਹੁਤ ਵੱਡੀ ਮਾਫ਼ੀ, ਤੁਸੀਂ ਆਪਦੇ ਭਾਈ ਵਾਲਾਂ ਨੂੰ ਕਹੋਗੇ, ਆਪਦੀ ਸਰਕਾਰ ਨੂੰ ਕਹੋਗੇ, ਜਿਹਦੇ ਵਿੱਚ ਭਾਈ ਵਾਲੋ ਤੁਸੀਂ ਵੀ ਮਾਫ਼ੀ ਮੰਗੋ, ਸਟੇਟ ਮਾਫ਼ੀ ਮੰਗੇ ਸਿੱਖਾਂ ਤੋਂ? ਕੇਪੀ ਜੀ, ਇਹ ਤਾਂ ਉਹੀ ਗੱਲ ਹੋ ਗਈ ਨਾ ਕਿ ਠੀਕ ਹੈ, ਅਗਰ ਇੱਕ ਪ੍ਰਧਾਨ ਮੰਤਰੀ ਦੇ ਆਫਿਸ ਨੇ ਮਾਫ਼ੀ ਮੰਗਣੀ ਹੈ ਕਿ ਇੱਕ ਆਫਿਸ ਇੱਕ ਪ੍ਰੋਟੋਕਾਲ ਨੇ ਮਾਫ਼ੀ ਮੰਗਣੀ ਹੈ ਤਾਂ ਫਿਰ ਠੀਕ ਹੈ, ਉਹਨਾਂ ਨੂੰ ਵੀ ਮੰਗ ਲੈਣੀ ਚਾਹੀਦੀ ਹੈ। ਪਰ ਜਿਹੜੇ ਬੰਦੇ ਲੋਜੀਕਲੀ ਤੁਸੀਂ ਡਿਮਾਂਡ ਰੱਖੋਗੇ ਕਿ ਨਹੀਂ, ਮੇਰਾ ਸਵਾਲ ਹੈ। ਅਸੀਂ ਤਾਂ ਇਹ ਗੱਲ ਕਹਿੰਦੇ ਕਿ 84 ਦੇ ਵਿੱਚ ਜਿਹੜਾ ਜਿਹੜਾ ਵੀ ਇਨਵੋਲਵ ਹੈ ਸਾਰੇ ਨਹੀਂ ਕਲੀਅਰ ਸਾਹਿਬ, ਨਾ ਆਪਾਂ ਸਜ਼ਾ ਨਹੀਂ ਮਿਲਣੀ ਚਾਹੀਦੀ ਉਹਨਾਂ ਨੂੰ, ਸਪੈਸਿਫਿਕ ਹੋਣਾ ਪਊਗਾ। ਤੁਸੀਂ ਸਟੇਟ ਨੂੰ ਕਹੋਗੇ, ਕੇਂਦਰ ਸਰਕਾਰ ਨੂੰ ਕਹੋਗੇ ਮਾਫੀ ਮੰਗੋ? ਕੇਂਦਰ ਸਰਕਾਰ ਨੂੰ ਜੋ ਸਿੱਖਾਂ ਦੇ ਨਾਲ ਹੋਇਆ ਉਹਦੇ ਲਈ ਕੋਈ ਵੀ ਸਰਕਾਰ ਹੈ ਉਹਨੂੰ ਮਾਫੀ ਮੰਗਣੀ ਚਾਹੀਦੀ। ਤੁਹਾਡਾ ਗੋਲਮੋਲ ਬਿਆਨ ਹੈਗਾ ਡਾਕਟਰ ਢਿੱਲੋਂ। ਹਾਂਜੀ, ਮੇਰਾ ਸਵਾਲ ਹੈਗਾ, ਬਤੌਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਸਾਬਕਾ ਪ੍ਰਧਾਨ ਮੰਤਰੀ ਹੋਣ ਦਾ ਉਹਨਾਂ ਨੇ ਇੰਤਜ਼ਾਰ ਕੀ ਕੀਤਾ, ਕਿਉਂ ਕੀਤਾ ਅਤੇ ਹੁਣ ਇਸ ਬਿਆਨ ਦਾ ਮਤਲਬ ਹੈ ਕੀ? ਦੇਖੋ, ਆਪਾਂ ਬਾਰ ਬਾਰ ਰਿਪੀਟਡਲੀ ਆਰਮੀ ਦੀ ਗੱਲ ਕਰ ਰਹੇ ਹਾਂ ਵੀ ਆਰਮੀ ਬੁਲਾਈ ਨਹੀਂ, ਆਰਮੀ ਨੂੰ ਆਰਡਰ ਨਹੀਂ ਦਿੱਤੇ ਵੀ ਸਟੋਪ ਦਿਸ ਜੈਨੋਸਾਈਡ। ਇਹ ਸਾਰੀ ਜਿਹੜਾ ਜੋ ਕੁਛ ਹੋਇਆ ਘਟਨਾਕ੍ਰਮ ਔਰਗੇਨਾਈਜ਼ਡ ਅਤੇ ਪਲੈਨਡ ਮੈਸੇਕਰ ਸੀ ਇੱਕ ਪਰਟੀਕੁਲਰ ਕਮਿਊਨਿਟੀ ਦਾ। ਇਸ ਬਾਰੇ ਪਹਿਲਾਂ ਵੀ ਗੱਲਾਂ ਹੁੰਦੀਆਂ ਰਹੀਆਂ, ਹੈਪਨ ਹੋਇਆ ਨਵੰਬਰ 84 ਦੇ ਵਿੱਚ, ਤਾਂ ਉਸ ਦੇ ਵਿੱਚ ਮੈਂ ਸਮਝਦਾ ਆਰਮੀ ਨਾਮ ਵੀ ਬੁਲਾਉਂਦੇ, ਤਾਂ ਜਿਹੜੀ ਪੁਲਿਸ ਸੀ ਸਿੱਖ ਉਸ ਦੇ ਵਿੱਚ ਕਾਫੀ ਸਾਈਜ਼ੇਬਲ ਨੰਬਰ ਸੀਗੇ ਪਰਸੈਂਟੇਜ ਦੇ ਵਿੱਚ ਡੇਲੀ ਪੁਲਿਸ ਦੇ ਵਿੱਚ, ਉਹਨਾਂ ਨੂੰ ਤੁਸੀਂ ਬੁਲਾ ਕੇ ਪੁਲਿਸ ਲਾਈਨਾਂ ਦੇ ਵਿੱਚ ਡਿਸਆਰਮ ਕਰਤਾ ਟੋਟਲੀ, ਤਾਂ ਕਿ ਉਹ ਕਿਸੇ ਕਿਸਮ ਦਾ ਐਕਸ਼ਨ ਹੀ ਨਾ ਲੈ ਸਕਣ। ਜਿਹੜੇ ਪੁਲਿਸ ਸਟੇਸ਼ਨਾਂ ਦੇ ਉੱਤੇ ਸਿੱਖ SHO ਸੀ ਜਾਂ ਸਿੱਖ ਛੋਟੇ ਵੀ ਔਫਿਸਰ ਸੀ ਜਾਂ ਬੜੇ ਔਫਿਸਰ ਸੀ, ਉਹਨਾਂ ਨੂੰ ਸਾਰਿਆਂ ਨੂੰ ਡਿਸਆਰਮ ਕਰਕੇ ਤੁਸੀਂ ਕਰ ਦਿੱਤਾ ਵੀ ਜਾਓ ਬੈਠੋ, ਮਾਫ਼ ਕਰਨਾ, ਬਲੇਮ ਕਰੀ ਜਾਣਾ ਵੀ ਆਹ ਨਹੀਂ ਸੀ, ਸਾਰੇ ਅਗੇਂਸਟ ਸੀ ਸਿੱਖਾਂ ਦੇ। BJP ਵੀ ਟੋਟਲੀ ਅਗੇਂਸਟ ਸੀ ਸਿੱਖਾਂ ਦੇ, 48 ਕੇਸਿਸ ਆ ਹਲੇ ਤੱਕ ਰਜਿਸਟਰਡ ਕ੍ਰਿਮੀਨਲ ਕੇਸਿਸ ਨਵੰਬਰ 84 ਦੇ ਅਗੇਂਸਟ RSS ਐਂਡ BJP। ਉਸ ਗੱਲ ਨੂੰ ਅਮਰਿੰਦਰ ਸਿੰਘ ਵੀ ਕਈ ਵਾਰੀ ਗੱਲ ਕਹਿ ਚੁੱਕਿਆ, ਤੋ ਇਸ ਦਾ ਤਾਂ ਮਤਲਬ ਇਹ ਅੱਜ ਅਮਰਿੰਦਰ ਸਿੰਘ ਬੋਲਦੇ ਨੇ ਪੇਸ ਬਿਆਨ ਤੇ, ਨਾ ਬੋਲੇ ਉਹ ਗੱਲ ਅਲੱਗਾ ਹੈਗੀ ਆ, ਪਰ ਦਿਸ ਇਜ਼ ਏ ਫੈਕਟ, ਦਿਸ ਇਜ਼ ਏ ਟਰੁੱਥ ਵਿਚ ਕੈਨ ਬੀ ਵੈਰੀਫਾਈਡ ਫਰੋਮ ਦੀ ਐਵੀਡੈਂਸਿਸ ਆਫ ਦੋਜ਼ ਟਾਈਮਸ। ਔਰ ਉਸ ਸਾਰੇ ਸੰਦਰਭ ਦੇ ਵਿੱਚ BJP ਵੀ ਇਨਵੋਲਵਡ ਸੀਗੀ, ਉਸ ਦੇ ਵਿੱਚ ਕਾਂਗਰਸ ਵੀ ਇਨਵੋਲਵਡ ਸੀ, ਸਾਰੇ ਹਿੰਦੂ ਜੋ ਸੈਟਅਪ ਸੀ ਇਸ ਮੁਲਕ ਦਾ ਉਹ ਇਸ ਗੱਲ ਦੇ ਵਿੱਚ ਟੋਟਲੀ ਇਨਵੋਲਵਡ ਸੀ, ਮਾਫ਼ ਕਰਨਾ, ਨਾ ਕਿ ਸਾਰਾ ਨਹੀਂ। ਆਪਾਂ ਹਿੰਦੂ ਸੈਟਅਪ, ਮੈਨੂੰ ਲੱਗਦਾ ਹਿੰਦੂ ਸੈਟਅਪ ਸ਼ਬਦ ਦੀ ਬਜਾਏ ਆਪਾਂ ਇਹ ਵਰਤੀਏ ਕਿ ਉਹਦਾ ਸਿਸਟਮ ਅਗੇਂਸਟ ਸੀਗਾ। ਨਹੀਂ, ਮੇਰੀ ਗੱਲ ਸੁਣ ਲਓ, ਬੜੀ ਸਿੰਪਲ ਗੱਲ, ਆਪਾਂ ਤਾਂ ਖੁਦ ਉਸੇ ਟ੍ਰੈਪ ਵਿੱਚ ਫਸਦੇ ਜਾ ਰਹੇ ਹਾਂ ਜੋ ਇਸ ਵੇਲੇ ਟ੍ਰੈਪ ਚੱਲਦਾ ਪਿਆ। ਗਾਂਧੀ ਦਾ ਮਰਡਰ ਹੋਇਆ, ਮਾਫ਼ ਕਰਨਾ, ਗੋਡਸੇ ਨੇ ਕੀਤਾ, ਉਹ ਬ੍ਰਾਹਮਣ ਸੀ ਮਹਾਰਾਸ਼ਟਰ ਦਾ, ਕਿਸੇ ਇੱਕ ਬ੍ਰਾਹਮਣ 'ਤੇ ਉਂਗਲੀ ਨਹੀਂ ਚੱਕੀ ਗਈ। ਇਸੇ ਤਰੀਕੇ ਦੇ ਨਾਲ
राजीव गांधी का मर्डर होया किसी एक तामिलियन के उत्ते एक उंगली नहीं चक्की गई, मतलब ये सिखां दे उत्ते क्यों हुई जी ये गल। तो ये सारी चीज़ जिहड़ी है दैट शोज़ ए प्लैंड एंड ऑर्गेनाइज्ड सिस्टमैटिक असैसीनेशन ऑफ द सिख कम्यूनिटी। और वो सारी चीज़ पुलिस नूं तुसीं डिसआर्म क्यों किया जी, जिहड़े सिख पुलिस ऑफिसर सीगे, ये मैनूं तुसीं आर्मी की दूजी गल जिहड़े ऑलरेडी उत्थे लगे हुए आ पुलिस ऑफिसरस नीचे तो लैके उपर तक उन्हां दीआं तुसीं हथियार सुटा दिते। इस दे विच इस हमाम जे सारे नंगे आ, माफ़ करना, एक दूजे नूं दोष करन दी गल अलहदा हैगी आ। इस दे विच बीजेपी भी इनवॉल्व सी इस दे विच। और मैं तुहानूं होर दस देना, चंद्रशेखर उस वेले बहुत वड्डा लीडर सी, कुछ सिख बड़े नामी सिख जिहड़े आ चंद्रशेखर दे कोल गए। और मेरे अपनी किताब दे विच ये चीज़ लिखी भी, उहदी स्टेटमेंट आ जिहड़ी उस वेले छपी भी आ, उसने जवाब पता की दिता चंद्रशेखर ने कि मैं फॉर्मर प्राइम मिनिस्टर दी क्रिमेशन नू किसे तरीके दे नाल कोई नुकसान नहीं पहुँचाना चाहुंदा, इस करके मैं कोई एक्शन नहीं लेना, किसे नू कहना नहीं। चार साल का प्रधानमंत्री डिबेट हो रही थी, पंजवें नू विच लिया आ, पंजवें डेफिनेटली उहदी स्टेटमेंट हैगी आ। ठीक ठीक उस दे विच मैनूं दसो, अमिताभ बच्चन खून का बदला खून कह रहा, कोई ऐसा हिंदू है जिसने अपनी छाती दे उत्ते हाथ रख के कहा होवे किसे बेकसूर बंदियां नू बेगुनाह बंदियां नू तुसी इस तरीके नाल किस तरह कतले आम कर रहे हो। छोड़े मैं ठीक है, बाबा वापस आऊंगा, एक छोटा ब्रेक लवांगे, फिर तो वापस आवांगे। इस डिबेट नू समझ जरूरत है कि ये डिबेट है जिहड़ी वो उस वेले सिख कौम वर्सस सरकार सी जां कुछ होर सी। ये बहुत सारे इहो जिहे सवाल है कि जिन्हां सवालों नू समझना बहुत लाजमी हैगा, अधूरे बयान विच पूरा सच की हैगा इस नू भी समझना पवेगा। डॉक्टर मनमोहन सिंह असल विच कहना की चाहते हैं, ब्रेक तो वापस आ रहे हैं। बड़ा सवाल ये पूछ रहे हैं, सिख कतलेआम से 35 साल बाद मनमोहन सिंह के बयान कौन कौन बेपरदा होया। माली साहब एक सवाल का मैं जवाब दे दो, जो डॉक्टर लोह यह सवाल चुक रहे हैं कि हिंदू वर्सस सिख इस नू डिबेट बनना चाहिए। नहीं नहीं, असल समस्या पता की है जी, भारत की एक बड़ी कमजोरी यह आ भी ये जो एक भारत के समाजी सांझ नूं उसारदा ना जी, एक प्रवचन सिरजदा जदों किसी दुश्मन खड़ा करदा, खतरा खड़ा करदा, किसी घट गिणती नूं निशाने ते लैंदा, तां हिंदू तब नूं इह वारदा। उह सारे लोग जिहड़े उस मौके इहदा शिकार हो जांदे आ, हिंदू तब दा आपां कह दईए, जिहड़ा स्टेट स्पॉन्सर्ड हुंदा। फासिज़म की हुंदा जी? फासिज़म इह थोड़ा हुंदा वी सरकार जुल्म करदी आ, फासिज़म उह हुंदा जदों समाज दा इक हिस्सा तबका सरकार दे जुल्मां 'च भागीदार बण जाए, उन्हों शह देन लग जाए, वो आप लागू कर लग जाए। इस समय बिल्कुल उदो हिंदू भीड़ा सी जे आप कहिए हिंदू भीड़ा सी, पर इहदे लई जिम्मेवार आ जिहड़ी सरकार। अज वी कई पीड़ित परिवार कहिंदे आ कि हिंदू परिवारां ने सानूं सांभिया। हाँ, एक्सेप्शनल केस हैगे ने, मतलब इस गल करके मैं इहनूं हिंदू सिख की लड़ाई नहीं समझदा। मैं समझदा जिहड़ी इंडियन स्टेट आ उहदे विच जिहड़े इस तरह के फोर्सिज ने जिहड़े एक ਸਮਾਜੀ ਆਧਾਰ ਘੱਟ ਗਿਣਤੀ ਦੇ ਨਿਸ਼ਾਨੇ ਦੇ ਖਿਲਾਫ ਉਭਾਰਦੇ ਨੇ, ਉਹ ਜ਼ਿੰਮੇਵਾਰ ਨੇ, ਲੋਕ ਗੁੰਮਰਾਹ ਹੋ ਜਾਂਦੇ ਨੇ। ਸਟੇਟ ਜ਼ਿੰਮੇਵਾਰ ਆ ਜਿਹੜੀ ਹਿੰਦੂਤਵ ਵਾਲਾ ਪੈਂਤੜਾ ਲੈ ਰਹੀ ਹੈ। ਠੀਕ ਹੈ ਸਰ, ਆਈ ਡਿਸਐਗਰੀ, ਆਈ ਵਾਸ ਦੇਅਰ ਡੂਰਿੰਗ ਦ ਪ੍ਰੋਗਰਾਮ। ਸਾਡੇ ਘਰ ਦੇ ਬਾਹਰ 700 ਲੋਕ ਆਏ ਸੀਗੇ, ਵੀ ਵਰ ਸੇਵਡ ਐਟ ਦ ਲਾਸਟ ਮੋਮੈਂਟ ਬਾਈ ਦ ਪੁਲਿਸ ਇਟਸੈਲਫ, ਐਂਡ ਦੇਰ ਵਾਸ ਅ ਸਿੱਖ SHO ਫਰੋਮ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਹੂ ਕੇਮ ਐਂਡ ਸੇਵਡ ਅਸ। ਬਹੁਤ ਸਾਰੇ ਕਲੋਨੀਜ਼ ਆਫ ਦਿੱਲੀ ਵਿੱਚ ਸਾਡੇ ਜਿਹੜੇ ਹਿੰਦੂ ਬ੍ਰਦਰਸ ਸੀਗੇ ਉਹਨਾਂ ਨੇ ਕਮੇਟੀਆਂ ਬਣਾ ਕੇ ਪੂਰੀ ਰਾਤ ਚੌਕੀਦਾਰੀ ਕਰਕੇ ਪ੍ਰੋਟੈਕਟ ਕੀਤੇ ਨੇ ਸਿੱਖ ਕਮਿਊਨਿਟੀ ਨੂੰ। ਤੁਸੀਂ ਦੇਖੋ ਕਿ ਗੁਜਰਾਲ ਸਾਹਿਬ ਦੇ ਨਾਲ ਕੁਲਦੀਪ ਨਈਅਰ ਗਏ ਸੀ ਨਰਸਿਮਹਾ ਰਾਓ ਨੂੰ ਮਿਲਣ ਲਈ, ਉਹ ਦੱਸ ਰਹੇ ਗੁਜਰਾਲ ਸਾਹਿਬ ਬੋਲ ਰਹੇ ਨਰੇਸ਼ ਗੁਜਰਾਲ ਬੋਲਦੇ ਪਏ। I think this thing of Hindus, unhon ne Arjun Singh da zikr vi kita, Lieutenant General Arora da zikr vi kita, it was not ke ke ami riot ho gaya, it was an anti sikh massacre, no doubt about it. A section of the community sided with those massacres and the complicity was actually jehdi state hai, the organs of the state. As Dr. Dilno talked about the demoralization of the police, the complicity of the police, ਉਹਨਾਂ ਨੇ ਇੱਕ ਹੋਰ ਵੀ ਕਿਹਾ ਕਿ ਉਹਨਾਂ ਤੋਂ ਹਥਿਆਰ ਖੋਹ ਲਏ ਗਏ ਸੀ ਪੁਲਿਸ ਵਾਲੇ ਤੋਂ, ਸਿੱਖ ਪੁਲਿਸ ਵਾਲੇ ਤੋਂ। ਪੁਲਿਸ ਉਹਨਾਂ ਦੇ ਕੁੱਡ ਬੀ ਟਰੂ ਟੂ ਐਨ ਐਕਸਟੈਂਟ, ਵਾਟ ਆਲਸੋ ਹੈਪਨ ਇਨ ਦਿੱਲੀ ਵਾਜ਼ ਕਿ ਜਿਹੜੇ ਸਿੱਖਸ ਕੋਲ ਵੈਪਨ ਸੀਗੇ, ਆਪਣੇ ਪਰਸਨਲ ਵੈਪਨ ਸੀਗੇ, ਉਹ ਪੁਲਿਸ ਨੇ ਆ ਕੇ ਉਹਨਾਂ ਦੇ ਵੈਪਨਸ ਪਹਿਲਾਂ ਲੈ ਲਏ, ਸੋ ਦੈਟ ਵੈਨ ਦ ਮੋਬਸ ਕੇਮ ਦੇ ਹੈਡ ਨੋ ਸੈਲਫ ਡਿਫੈਂਸ। ਦਿਸ ਇਜ਼ ਆਈ ਨੋ ਇਟ ਫਰੋਮ ਅ ਫੈਕਟ, ਓਕੇ, ਵੀ ਹੈਡ ਵੈਪਨਸ ਆਲਸੋ। ਜਦੋਂ 84 ਦਾ ਸਾਰਾ ਕੁਝ ਹੋਇਆ, ਨਸਲਕੁਸ਼ੀ ਹੋਈ ਆ, ਉਦੋਂ ਡਾਕਟਰ ਮਨਮੋਹਨ ਸਿੰਘ ਖੁਦ ਕਿੱਥੇ ਸੀ? ਆਈ ਨਿਊ ਹਿਮ, ਹੀ ਹਿਜ਼ ਡੌਟਰ ਵਾਜ਼ ਮੀ ਇਨ ਕਾਲਜ ਇਨ ਦਿੱਲੀ, Amrit, she is now a human rights lawyer. He was
at that time, I think he was deputy chairman of the planning commission till I think in 1986 later. Utto pehla, I think he was probably, I don't know, but Mr. Clare is saying he was RBI governor. So he was in a, but he was not in a position of executive power where he could have influenced, you know, jodaan gallan huiyan. But KPG, tusi ek gal note karo, ke jedi army da use hai is very critical. When the state ਦੇ ਜਿਹੜੇ normal organs ਨੇ ਉਹ complicit ਹੋ ਜਾਂਦੇ ਜਾਂ fail ਕਰ ਜਾਂਦੇ ਇਹਦਾ ਇੱਕ ਬਿਲਕੁਲ ਸਟ੍ਰੇਟ ਪੈਰਲਲ ਹੈ ਵਿਦ 2002 ਵਿੱਚ ਗੁਜਰਾਤ ਵਿਦ ਐਂਟੀ ਮੁਸਲਿਮ ਪ੍ਰੋਗਰਾਮ ਜਿਹੜਾ ਹੋਇਆ ਲੈਫਟੀਨੈਂਟ ਜਨਰਲ ਜ਼ਮੀਰਉਦੀਨ ਸ਼ਾਹ ਵਾਸ ਦੈਨ ਕਮਾਂਡਿੰਗ 54 ਇਨਫੈਂਟਰੀ ਡਿਵੀਜ਼ਨ ਜਿਹੜੀ ਇੱਕ ਸਟ੍ਰਾਈਕ ਫਾਰਮੇਸ਼ਨ ਹੈ ਔਨ ਦੀ ਆਰਡਰਸ ਆਫ ਦ ਗਵਰਨਮੈਂਟ ਆਫ ਇੰਡੀਆ 60 ਫਲਾਈਟਸ ਟੁੱਕ ਆਫ ਫਰੋਮ ਜੋਧਪੁਰ ਐਂਡ ਲੈਂਡਡ 6 ਬਟਾਲੀਅਨਸ ਆਫ ਦੀ ਆਰਮੀ ਇਨ ਅਹਿਮਦਾਬਾਦ ਔਨ ਫੈਬਰਰੀ 20th 2002 ਕਿ ਤੁਸੀਂ ਜਾ ਕੇ ਅਹਿਮਦਾਬਾਦ ਵਿੱਚ ਜਿਹੜੀ ਆ ਮੈਸਕੇਅਰ ਹੋ ਰਿਹਾ ਕੰਟਰੋਲ ਕਰਨਾ ਹੁਣ ਤੁਸੀਂ ਨੋਟ ਕਰੋ ਕਿ ਗੁਜਰਾਤ ਗਵਰਨਮੈਂਟ ਦਾ ਰੋਲ ਕੀ ਸੀ ਕਿ ਜਦ ਲੈਫਟੀਨੈਂਟ ਜਨਰਲ ਜ਼ਮੀਰਉਦੀਨ ਸ਼ਾਹ ਉੱਥੇ ਪਹੁੰਚੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਟਰੁੱਪਸ ਲਈ ਜਿਹੜੀ ਟਰਾਂਸਪੋਰਟ ਹੈ ਉਹ ਸਟੇਟ ਗਵਰਨਮੈਂਟ ਗੁਜਰਾਤ ਗਵਰਨਮੈਂਟ ਦੇਗੀ ਐਂਡ ਕੈਨ ਯੂ ਇਮੈਜਿਨ ਜਾਰਜ ਫਰਨੈਂਡਸ ਡਿਫੈਂਸ ਮਿਨਿਸਟਰ ਮੋਦੀ ਜੀ ਨਾਲ ਚੀਫ ਮਿਨਿਸਟਰ ਦੇ ਰੈਜ਼ੀਡੈਂਸ ਵਿੱਚ ਬੈਠਾ ਸੀ ਔਰ ਉਹਨਾਂ ਨੇ ਸ਼ੋਰ ਕੀਤਾ ਕਿ ਤੁਹਾਡੇ ਟਰੁੱਪਸ ਲਈ ਅਸੀਂ ਟਰਾਂਸਪੋਰਟ ਦੇਵਾਂਗੇ ਇੱਕ ਪੂਰਾ ਦਿਨ ਉਹਨਾਂ ਨੂੰ ਟਰਾਂਸਪੋਰਟ ਨਹੀਂ ਮਿਲੀ ਇੱਕ ਦਿਨ ਦੇ ਬਾਅਦ ਟਰਾਂਸਪੋਰਟ ਸਟਾਰਟਡ ਕਮਿੰਗ ਫੋਰ ਦਾ ਟਰੁੱਪਸ ਐਂਡ ਦੇ ਮੂਵਡ ਆਊਟ ਟੂ ਕੁਐਲ ਦੀ ਮੈਸਕਰਸ ਐਂਡ ਦੇ ਕੇਮ ਅੰਡਰ ਕੰਟਰੋਲ ਇਹ ਸੇਮ ਗੱਲ ਪੈਰਲਲ ਹੈ ਕਿ ਆਰਮੀ ਨੂੰ ਕਿਸ ਤਰ੍ਹਾਂ ਇੱਕ ਡਿਲੀਬਰੇਟ ਵੇ ਨੂੰ ਉਹਨੂੰ ਉਹਦਾ ਜਿਹੜਾ ਪੋਜ਼ਿਟਿਵ ਰੋਲ ਹੋ ਸਕਦਾ ਇਨ ਅ ਕਮਿਊਨਲ ਮੈਸਕਰ ਉਹ ਸਟੇਟ ਗਵਰਨਮੈਂਟ ਜਾਂ ਜਿਹੜੀ ਵੀ ਗਵਰਨਮੈਂਟ ਹੈ ਉਹਨੂੰ ਖਤਮ ਕਰ ਮੈਨੂੰ ਇੱਕ ਸਵਾਲ ਜਵਾਬ ਦਿਓ ਵਿਕਰਮਜੀਤ ਡਾਕਟਰ ਮਨਮੋਹਨ ਸਿੰਘ ਨੇ ਜਿਹੜਾ ਇਹ ਕਿਹਾ ਹੈ ਗੁਜਰਾਲ ਸਾਹਿਬ ਨੇ ਸਲਾਹ ਦਿੱਤੀ ਸੀਗੀ ਉਹ ਫੌਜ ਦਾ ਜਿਹੜਾ ਬਿਆਨ ਆ ਜਿਹੜਾ ਉਹ ਦੱਸ ਰਹੇ ਹੈਗੇ ਕਿ ਫੌਜ ਦੀ ਤੈਨਾਤੀ ਬਾਰੇ ਸਲਾਹ ਦਿੱਤੀ ਗਈ ਸੀ ਡਾਕਟਰ ਮਨਮੋਹਨ ਸਿੰਘ ਨੇ ਸੱਚ ਬੋਲਿਆ ਜਾਂ ਝੂਠ ਬੋਲਿਆ ਨੋ ਆਈ ਐਮ ਸਰਟਨ ਆਈ ਐਮ ਐਬਸੋਲੂਟਲੀ ਸਰਟਨ ਦੈਟ ਹੀ ਇਜ਼ ਸਪੀਕਿੰਗ ਦ ਟਰੂਥ ਦੇਰ ਵਾਸ ਨੋਟ ਜਸਟ ਗੁਜਰਾਲ ਮੈਨੀ ਪੀਪਲ ਐਡਵਾਈਜ਼ ਦੀ ਆਰਮੀ ਹੁਣ ਇਸ ਤੋਂ ਵੱਡਾ ਮੈਂ ਤੁਹਾਨੂੰ ਕੀ ਐਵੀਡੈਂਸ ਦੇਵਾਂ ਕਿ ਮੇਜਰ ਜਨਰਲ ਜਗਦੀਸ਼ ਜੰਮਵਾਲ ਹੂ ਵਾਸ ਜੀ ਓ ਸੀ ਡੈਲੀ ਏਰੀਆ ਇਨ 1984 ਉਹਨੇ ਆਪਣੇ ਆਰਮੀ ਹੈੱਡਕੁਆਟਰਸ ਨੂੰ ਕਿਹਾ ਕਿ ਪਲੀਜ਼ ਲੈਟ ਮੀ ਬ੍ਰਿੰਗ ਇਨ ਦੀ ਆਰਮੀ ਇਨ ਟੂ ਡੈਲੀ ਆਈ ਐਮ ਦ ਜੀ ਓ ਸੀ ਪਲੀਜ਼ ਲੈਟ ਮੀ ਗੈਟ ਦ ਟਰੁੱਪਸ ਉਹਨੂੰ ਰਿਫਿਊਜ਼ ਕਰਤਾ ਤੁਹਾਨੂੰ ਕੋਈ ਦੂਰ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਠੀਕ 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 ਹੈ ਇਸ ਤੋਂ ਵੱਡਾ ਬਿਆਨ ਕਿਆ ਹੋ ਸਕਦਾ ਹਾਂ ਡਾਕਟਰ ਲੋ ਮੈਂ ਇੱਕ ਗੱਲ ਕਰਨੀ ਚਾਹੁੰਦਾ ਇੱਕ ਸਿਸਟਮੈਟਿਕ ਪਾਲਿਸੀ ਹੈ ਇੰਡੀਅਨ ਸਟੇਟ ਦੀ ਕਿਸ ਤਰੀਕੇ ਨਾਲ ਮਿਨੋਰਟੀਜ਼ ਨੂੰ ਡੀਮੋਰਲਾਈਜ਼ ਕਰਨਾ ਉਹਨੂੰ ਪ੍ਰੋਸੀਕਿਊਟ ਕਰਨਾ ਉਹਨਾਂ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਦੇਣੀ ਅੱਜ ਵੀ ਉਹ ਪਾਲਿਸੀ ਕੰਟੀਨਿਊ ਕਰਦੀ ਹੈ ਜਿਸ ਜਗ੍ਹਾ ਬਾਹਰਲੇ ਮੁਲਕਾਂ ਦੇ ਵਿੱਚ ਚਾਹੇ ਕੈਨੇਡਾ ਦੇ ਵਿੱਚ ਹੋਵੇ ਚਾਹੇ ਅਮਰੀਕਾ ਦੇ ਵਿੱਚ ਹੋਵੇ ਚਾਹੇ ਆਸਟ੍ਰੇਲੀਆ ਹੋਰ ਕਿਸੇ ਮੁਲਕ ਦੇ ਵਿੱਚ ਇੱਕ ਸਟੇਟ ਇਸ ਕਿਸਮ ਦਾ ਰੈਜ਼ੋਲੂਸ਼ਨ ਆਪਣੀ ਲੈਜਿਸਲੇਚਰ 'ਚ ਪਾਸ ਕਰਦੀ ਹੈ ਵੀ 1984 ਨਵੰਬਰ ਜੈਨੋਸਾਈਡ ਸੀ ਸਾਰੀ ਹਿੰਦੁਸਤਾਨ ਦੀ ਅੱਜ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਤੜਫ ਉੱਠਦੀ ਹੈ ਬੇਚੈਨ ਹੋ ਜਾਂਦੀ ਹੈ ਔਰ ਉਹ ਇਸ ਤਰੀਕੇ ਨਾਲ ਬੇਚੈਨ ਹੁੰਦੀ ਹੈ ਜਿਸ ਤਰ੍ਹਾਂ ਉਹਨਾਂ 'ਤੇ ਪਰਸਨਲ ਅਟੈਕ ਹੋ ਰਿਹਾ ਮੋਦੀ ਸਾਹਿਬ ਦੇ ਉੱਤੇ ਔਰ ਉਹ ਇਸ ਤਰੀਕੇ ਦੀ ਕੋਸ਼ਿਸ਼ ਕਰਦੇ ਆ ਵੀ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ ਅਸੀਂ ਡਿਮੋਲਿਸ਼ ਕਰ ਦਈਏ ਦਿਸ ਇਜ਼ ਪਾਰਟ ਆਫ ਦੈਟ ਪੋਲਿਸੀ ਜਿਹੜੀ ਚੱਲ ਰਹੀ ਹੈ ਲਗਾਤਾਰ 1947 ਤੋਂ ਉਸ ਦੀਆਂ ਇਹ ਕੜੀਆਂ ਹੈਗੀਆਂ ਔਰ ਉਹ ਕੜੀਆਂ ਅੱਜ ਤੱਕ ਅਲਾਈਵ ਆ ਔਰ ਜੇ ਦੇਖੋ ਦਿੱਲੀ ਦੇ ਵਿੱਚ ਤੁਸੀਂ ਐਡੇ ਵੱਡੇ ਮੁਲਕ ਦੇ ਪ੍ਰਾਈਮ ਮਿਨਿਸਟਰ ਹੋ ਉੱਥੇ ਵਿਧਵਾ ਕਲੋਨੀ ਆ ਸ਼ਰਮ ਨਹੀਂ ਆਉਂਦੀ ਇਸ ਮੁਲਕ ਨੂੰ ਇੰਨੇ ਬੇਹਿਆ ਹੋ ਗਏ ਤੁਸੀਂ ਇਸ ਮੁਲਕ ਦੇ ਜਿਹੜੇ ਰੂਲਰ ਹੋ ਉਸ ਕਲੋਨੀਜ਼ ਨੂੰ ਤੁਸੀਂ ਰੀਹੈਬਲੀਟੇਟ ਕਿਉਂ ਨਹੀਂ ਕਰਦੇ ਉਹਨਾਂ ਵਿਡੋਜ਼ ਨੂੰ ਵਿਚਾਰੀਆਂ ਨੂੰ ਜਿਨ੍ਹਾਂ ਨੂੰ ਇਨੋਸੈਂਟਲੀ ਤੁਸੀਂ ਉਹਨਾਂ ਦੇ ਘਰ ਵਾਲਿਆਂ ਨੂੰ ਮਾਰਿਆ ਉਹਨਾਂ ਦੇ ਘਰਾਂ ਨੂੰ ਸਾੜਿਆ ਉਹਨਾਂ ਦੇ ਬੱਚਿਆਂ ਮੈਸੇਕਰ ਕੀਤਾ ਉਹਨਾਂ ਦੀ ਕੁੜੀਆਂ ਦੇ ਰੇਪ ਕੀਤੇ ਕਲੀਅਰ ਸਾਹਿਬ ਮੈਂ ਆ ਰਿਹਾ ਵਿਕਰਮ ਜੀ ਇਸ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦੇ ਤੁਸੀਂ ਕਿਉਂ ਕੇਂਦਰ ਸਰਕਾਰ ਹੈ ਇਹਨਾਂ 'ਤੇ ਮਾਫ਼ੀ ਨਹੀਂ ਮੰਗਣਾ ਚਾਹੁੰਦੀ ਕਿਉਂ ਆ ਜਿਹੜਾ ਇਸ ਨੂੰ ਜੈਨੋਸਾਈਡ ਆ ਜਿਹੜਾ ਉਹ ਨਹੀਂ ਐਲਾਨਿਆ ਜਾ ਸਕਦਾ ਹੈਗਾ ਵਜ੍ਹਾ ਕੀ ਹੈ ਕਿ ਤੁਸੀਂ ਡਿਮਾਂਡ ਨਹੀਂ ਕਰਦੇ ਜਾਂ ਕਰਨਾ ਨਹੀਂ ਚਾਹੁੰਦੇ ਜੇ ਤੁਹਾਨੂੰ ਪਤਾ ਡਿਮਾਂਡ ਮੰਨੀ ਨਹੀਂ ਜਾਣੀ ਕੇਪੀ ਜੀ ਐਸੀ ਕੋਈ ਗੱਲ ਨਹੀਂ ਹੈਗੀ ਜਿਹੜੀ ਗੱਲ ਫਿਰ ਮੈਂ ਉੱਥੇ ਆ ਜਾਣਾ ਤੁਸੀਂ ਬਾਰ-ਬਾਰ ਇਸ ਗੱਲ ਤੇ ਆਉਂਦੇ ਹੋ ਕਿ ਕੇਂਦਰ ਸਰਕਾਰ ਕਿਉਂ ਨਾ ਆਇਆ ਜਾਵੇ ਕਿਉਂ ਨਾ ਆਇਆ ਜਾਵੇ ਕਹਿੰਦਾ ਕਿ ਮਾਫੀ ਜਿਹੜੀਆਂ ਵੀ ਸਰਕਾਰਾਂ ਅੱਜ ਤੋਂ ਲੈ ਕੇ ਉਤਕ ਰਹੀਆਂ ਸਭ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਤੋਂ ਬਾਅਦ ਵੀ ਫਿਰ ਮਾਫੀ ਡਿਮਾਂਡ ਕੀਤੀ ਗੱਲ ਤੁਸੀਂ ਅੱਜ ਦੀ ਸਰਕਾਰ ਕੋਲ ਡਿਮਾਂਡ ਕੀਤੀ ਕੇਪੀ ਜੀ ਜਿੰਨੇ ਸਾਬਤਾ ਨਾ ਕਰੋ ਨਾ ਬੋਲ ਬੋਲ ਗੱਲ ਨਾ ਕਰੋ ਨਹੀਂ ਫਿਰ ਜਿਹੜੀਆਂ ਵੀ ਸਰਕਾਰਾਂ ਰਹੀਆਂ ਕੇਪੀ ਜੀ ਦੇਖੋ ਤੁਸੀਂ ਕੁਐਸਚਨ ਪੁੱਛਣਾ ਤੁਸੀਂ ਜਵਾਬ ਮੇਰੇ ਮੁਤਾਬਕ ਲੈਣਾ ਮੈਂ ਤੁਹਾਡੇ ਮੁਤਾਬਕ ਨਹੀਂ ਨਾ ਨਾ ਦੋ ਨਾ ਮੇਰੇ ਮੁਤਾਬਕ ਫਿਰ ਸਵਾਲ ਨੂੰ ਬੋਲ ਮੋਲ ਤਾਂ ਨਹੀਂ ਕਰ ਸਕਦੇ ਨਹੀਂ ਮੈਂ ਤੁਹਾਡਾ ਸਵਾਲ ਕਿਹਾ ਤੇ ਮੇਰਾ ਮੈਨੂੰ ਤੁਹਾਡਾ ਸਵਾਲ ਪਸੰਦ ਨਹੀਂ ਹੈਗਾ ਗੱਲ ਖਤਮ ਹੋ ਗਈ ਮੈਂ ਸਵਾਲ ਕਿਉਂ ਨਹੀਂ ਪਸੰਦ ਦਾ ਸਵਾਲ ਤੁਹਾਡਾ ਮੈਂ ਗੱਲ ਕਰੇ ਕਿ ਅਕਾਲੀ ਦਲ ਦੀ ਅਜੇ ਤੱਕ ਲੜਾਈ ਹੈ ਇਸ ਗੱਲ ਤੇ ਅਕਾਲੀ ਦਲ ਨੇ ਜਿੰਨੀ ਲੜਾਈ ਅਕਾਲੀ ਦਲ ਨੇ ਲੜੀ ਹੈ ਇਸ ਗੱਲ ਤੇ
ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਜਿਹੜੀ 10 ਸਾਲ ਰਹੀ ਹੈ ਇੰਡੀਆ ਦੇ ਵਿੱਚ, ਉਹੀ ਸਰਕਾਰ ਸੀ ਜਿਹਦੇ ਵਿੱਚ ਇਹ ਕੇਸ ਸਾਰੇ ਬੰਦ ਤੱਕ ਕਰ ਦਿੱਤੇ ਗਏ ਸੀ? ਇਹ ਹੁਣ ਜਦੋਂ ਬੀਜੇਪੀ ਦੀ ਅਕਾਲੀ ਦਲ ਦੀ ਭਾਈਵਾਲ ਦੀ ਸਰਕਾਰ ਆਈ ਹੈ, ਫਿਰ ਸਿੱਟ ਬਣੀ ਹੈ, ਉਸ ਤੋਂ ਬਾਅਦ ਸੱਜਣ ਕੁਮਾਰ ਵਰਗੇ ਬੰਦਿਆਂ ਨੂੰ ਜੇਲ੍ਹ 'ਚ ਜਾਣਾ ਪਿਆ, ਨਹੀਂ ਤਾਂ ਕੋਰਟਾਂ 'ਚ ਤਾਂ ਮੁਕੱਦਮੇ। ਤੁਸੀਂ ਡਾਕਟਰ ਮਨਮੋਹਨ ਸਿੰਘ ਦਾ ਵੈਲਕਮ ਕਿਉਂ ਕਰਦੇ ਪਏ ਇਸ ਬਿਆਨ ਦਾ? ਮੈਂ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਦਾ ਤਾਂ ਵੈਲਕਮ ਕਰਦਾ ਕਿ ਇਹਨਾਂ ਦਾ ਜ਼ਮੀਰ ਜਾਗਿਆ, ਘੱਟੋ ਘੱਟ ਆਪਣੇ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਉਤਰਨ ਤੋਂ ਬਾਅਦ ਜਾਗਿਆ, ਸ਼ਾਇਦ ਗਾਂਧੀ ਪਰਿਵਾਰ ਤੋਂ ਮੋਹ ਇਹਨਾਂ ਦਾ ਹੁਣ ਥੋੜ੍ਹਾ ਭੰਗ ਹੋਇਆ ਲੱਗਦਾ। ਮੈਂ ਵੈਲਕਮ ਕਰਦਾ ਕਿ ਇੰਨਾ ਕੁ ਸੱਚ ਬੋਲਿਆ, ਪੂਰਾ ਸੱਚ ਬੋਲੋ, ਸਿੱਟ ਦੇ ਸਾਹਮਣੇ ਆਓ, ਉਸ ਟਾਈਮ ਕਿਹੜੇ ਕਿਹੜੇ ਲੋਕ ਸੀ, ਇਹ ਇੰਟਰਨਲ ਬੰਦੇ ਨੇ, ਇਹ ਤਾਂ ਹੋਰ ਬਹੁਤ ਲੋਕਾਂ ਨੂੰ ਨੰਗਾ ਕਰ ਸਕਦੇ ਨੇ। ਸੁਦੇਸ਼ ਰੋਪੜ, ਕੈਪਟਨ ਅਮਰਿੰਦਰ ਸਿੰਘ ਬਹੁਤ ਜਲਦੀ ਕਮੈਂਟ ਕਰਦੇ ਹਰ ਮੁੱਦੇ 'ਤੇ, ਮਸਲਾ ਚਾਹੇ ਕੌਮਾਂਤਰੀ ਸਰਹੱਦ ਦਾ ਹੋਵੇ, ਕੈਪਟਨ ਅਮਰਿੰਦਰ ਸਿੰਘ ਨਾਲ ਦੀ ਨਾਲ ਰਿਐਕਟ ਕਰਦੇ ਆ, ਇਸ ਮੁੱਦੇ 'ਤੇ ਕਿਉਂ ਨਹੀਂ ਬੋਲਦੇ ਵੀ ਇਸ ਮੁੱਦੇ 'ਤੇ ਉਹਦਾ ਰਿਜ਼ਾਈਨ ਤੱਕ ਕੀਤਾ ਹੋਇਆ ਉਹਨਾਂ ਨੇ? ਗੱਲ ਆਈ ਨਾ ਉਹੀ, ਆਪਾਂ ਹੁਣ ਦੇਖੋ ਗੱਲ ਪਤਾ ਕੀ ਹੈਗੀ, ਪਹਿਲਾਂ ਤਾਂ ਮੈਂ ਹੁਣ ਇੱਕ ਛੋਟੇ ਵੀਰ ਨੂੰ ਇੱਕ ਗੱਲ ਦਾ ਜਵਾਬ ਦੇਖੋ, ਹੁਣ ਕੈਪਟਨ ਸਾਹਿਬ ਕੀ ਰਜੇਵੇਂ ਆ, ਕੀ ਆ ਹੈਗਾ, ਮੈਂ ਹੁਣ ਤੁਹਾਨੂੰ ਇੱਥੇ ਬੈਠੇ ਕਿਵੇਂ ਦੱਸ ਸਕਦਾ? ਤੁਸੀਂ ਤਾਂ ਕੇਪੀ ਜੀ ਮੈਨੂੰ ਪੁੱਛ ਰਹੇ ਹੋ, ਕੈਪਟਨ ਸਾਹਿਬ ਨੂੰ ਸਟੇਟਮੈਂਟ ਨਹੀਂ ਦੇਣੀ ਚਾਹੀਦੀ? ਮੈਂ ਕਹਿੰਦਾ ਕੈਪਟਨ ਸਾਹਿਬ ਨੂੰ ਤੁਸੀਂ ਇਹ ਪੁੱਛੋ ਨਾ, ਤੁਸੀਂ ਕਿਉਂ ਸਟੇਟਮੈਂਟ ਦਿੱਤੀ, ਤੁਸੀਂ ਪੁੱਛ ਲਿਓ। ਇਸ ਕਰਕੇ ਇਹ ਨਹੀਂ ਗੱਲ ਹੈਗੀ, ਤੁਸੀਂ ਹੁਣ ਜੋ ਕੈਪਟਨ ਸਾਹਿਬ ਨੂੰ ਪੁੱਛੋ, ਕੈਪਟਨ ਸਾਹਿਬ ਨੂੰ ਪੁੱਛੋ, ਜੋ ਐਜ ਪਾਰਟੀ ਆ ਉਸ 'ਤੇ ਮੈਂ ਬਿਸਰੋ ਮੈਂ ਦੱਸ ਸਕਦਾ, ਮੈਂ ਕੈਪਟਨ ਸਾਹਿਬ ਦਾ ਕਿਵੇਂ ਦੱਸ ਸਕਦਾ? ਇੱਥੇ ਉਹ ਫੈਸਲਾ ਕਰਨਗੇ, ਉਹ ਸਾਹਮਣੇ ਦੇਖਦੇ ਪਿਆ, ਮੈਂ ਕੌਣ ਉਹਨਾਂ ਫੈਸਲਾ ਕਰਨਾ? ਨਹੀਂ ਬਿਲਕੁਲ, ਉਹ ਦੱਸ ਦੇਣਗੇ ਕਿਹਨੂੰ ਕਿਹੜੇ ਸਵਾਲ ਕਰਨਾ। ਮੈਂ ਕਹਿੰਦਾ ਜਨਾਬ ਕੈਪਟਨ ਸਾਹਿਬ ਦੀ ਜਿਹੜੀ ਗੱਲ ਹੈ, ਕੈਪਟਨ ਸਾਹਿਬ ਬਿਲਕੁਲ ਰਿਐਕਟ ਕਰ ਰਿਹਾ, ਕੈਪਟਨ ਸਾਹਿਬ ਨੇ ਹਮੇਸ਼ਾ 10 ਸਾਲ ਜੇ ਡਾਕਟਰ ਮਨਮੋਹਨ ਸਿੰਘ ਬਤੌਰ ਪ੍ਰਧਾਨ ਮੰਤਰੀ ਮੌਨ ਰਹੇ ਆ, ਇਹਦਾ ਮਤਲਬ 5 ਸਾਲ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਇਸ ਮੁੱਦੇ ਤੇ ਮੌਨ ਰਹਿਣਗੇ, ਜਦੋਂ ਸਾਬਕਾ ਹੋ ਜਾਣਗੇ ਫਿਰ ਬੋਲ ਲੈਣਗੇ। ਮੈਂ ਕਹਿੰਦਾ ਕੈਪਟਨ ਸਾਹਿਬ ਇਹ ਚੀਫ ਮਿਨਿਸਟਰ 10 ਵਾਰੀ ਕੀ 15 ਵਾਰੀ ਕਹਿ ਚੁੱਕਿਆ ਵੀ ਉਹਦੇ ਵਿੱਚ ਐਚ ਕੇ ਐਲ ਭਗਤ ਦਾ ਹੱਥ ਸੀ, ਉਹਦੇ ਵਿੱਚ RSS ਦੇ ਬੰਦਿਆਂ ਦਾ ਵੀ ਹੱਥ ਸੀ, ਇਹ ਕੈਪਟਨ ਸਾਹਿਬ ਔਨ ਰਿਕਾਰਡ ਹੈ ਗੱਲਾਂ। ਕੇਪੀ ਜੀ ਕੋਈ ਗੱਲ ਇਹ ਨਹੀਂ ਹੈ ਵੀ ਕੈਪਟਨ ਸਾਹਿਬ ਤੁਸੀਂ ਮਤਾ ਪਾ ਸਕਦੇ ਹੋ ਵਿਧਾਨ ਸਭਾ ਦੇ ਵਿੱਚ ਵੀ ਕੇਂਦਰ ਸਰਕਾਰ ਮਾਫੀ ਮੰਗੇ, ਲੈਟ ਮੀ ਕੰਪਲੀਟ। ਦੂਜੀ ਗੱਲ, ਇੱਕ ਮੈਂ ਇੱਕ ਗੱਲ ਸ਼ੁਰੂ ਤੋਂ ਕਹਿਣਾ, ਇਸ ਗੱਲ ਦੇ ਉੱਤੇ ਕਿਸੇ ਨੇ ਉਹਨਾਂ ਨੂੰ ਰਿਹੈਬਿਲੇਸ਼ਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਟੋਟਲ ਰਾਜਨੀਤੀ ਹੋ ਰਹੀ ਹੈ। ਮੇਰੀ ਕਹੋ ਪੂਰੀ ਗੱਲ ਸੁਣ ਲਿਓ, ਇਹ ਨਹੀਂ ਹੈਗੀ ਗੱਲ, ਦੇਖੋ ਇਹਨਾਂ ਆਈਸੋਲੇਸ਼ਨ ਨਾ ਤੁਸੀਂ ਕਰੋ ਵੀ ਦੇਖੋ। ਹੁਣ ਸਾਡਾ ਛੋਟਾ ਵੀਰ ਵੀ ਕਹਿੰਦਾ ਵੀ ਸਿੱਟ ਬਣ ਗਈ ਤਾਂ ਸੱਜਣ ਕੁਮਾਰ ਨੂੰ ਸਜ਼ਾ ਹੋ ਗਈ, ਔਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ SGP ਦੇ ਪ੍ਰਧਾਨ ਜਿਹੜੇ ਨੇ ਸੁਲਤਾਨਪੁਰ ਲੋਧੀ ਕਹਿੰਦੇ ਨੇ, ਉਹ ਜਿਹੜੀ ਸਜ਼ਾ ਹੋਈ ਹੈ ਉਹ ਕੈਪਟਨ ਮਨਮੋਹਨ ਸਿੰਘ ਦਾ ਜਦੋਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਟਾਈਮ 'ਤੇ CBI ਨੇ ਇੱਕ ਅਪੀਲ ਪਾਈ ਸੀ ਉਹਦੇ 'ਤੇ ਹੋਈ ਹੈ, ਸਿੱਟ ਨੇ ਹਜੇ ਤੱਕ ਤਾਂ ਰਿਪੋਰਟ ਹੁਣ ਹਾਈਕੋਰਟ ਨੂੰ ਦਿੱਤੀ ਹੈ। ਇਸ ਕਰਕੇ ਇਹ ਸਿਰਫ ਰਾਜਨੀਤੀ ਹੋ ਰਹੀ ਹੈ, ਹੋਰ ਇਹਦੇ ਉੱਤੇ ਕੁਛ ਨਹੀਂ ਹੋ ਰਿਹਾ। ਮਾਮਾ ਜੀ ਸਾਹਿਬ ਕੀ ਬੋਲਣਾ ਚਾਹ ਰਹੇ? ਮੈਂ ਇਹ ਕਹਿਣਾ ਜੀ, ਜਿਹੜੀ ਸਟੇਟ ਦੀ ਨੀਤੀ ਪਾਲਸੀ ਆ ਉਹਦੇ ਬਾਰੇ ਇਹਨਾਂ ਚੋਂ ਕੋਈ ਨਹੀਂ ਬੋਲਣਾ ਚਾਹੁੰਦਾ, ਸਟੇਟ ਉਹਨੂੰ ਮੁੜ ਵਿਚਾਰ ਨਾ ਵਿਧਾਨ ਸਭਾ ਮਤਾ ਪਾ ਸਕਦੀ ਆ। ਮੈਂ ਤੁਹਾਨੂੰ ਦੱਸ ਕਰ ਸਕਦੇ ਆ, ਸਭ ਕਰ ਸਕਦੇ ਆ। ਮੇਰਾ ਸਵਾਲ ਕੀ ਹੈ ਨਾ ਜੀ, ਮੇਰਾ ਸਵਾਲ ਇਹ ਹੈ, ਇਹ ਇਹਨੂੰ ਵੋਟਾਂ ਦੀ ਭੱਠੀ ਦਾ ਬਾਲਣ ਬਣਾਉਂਦੇ ਆ ਬਾਦਲ ਸਾਹਿਬ ਨੇ ਨਾ ਜੀ, ਜਦੋਂ 96-97 'ਚ ਸਰਕਾਰ ਬਣੀ, ਪੰਜਾਬ 'ਚ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਾਂਗੇ, ਮੁੱਕਰ ਗਏ ਨਾ ਖੜੇ ਪੈਰ ਸਾਰੇ ਕਿਸੇ ਤੋਂ, ਮੁੜ ਕੇ ਕਿਸੇ ਨੂੰ ਸਜ਼ਾ ਮਨਮੋਹਨ ਸਿੰਘ ਨੇ ਕੀ ਹਾਸਲ ਕਰਨਾ ਹੈ ਬਹਿਸ ਛੇੜ ਕੇ? ਮਨਮੋਹਨ ਸਿੰਘ ਰਾਣੇ ਕੀ ਹਾਸਲ ਕਰਨਾ? ਮੈਂ ਤੁਹਾਨੂੰ ਇਹ ਦੱਸਦਾ ਨਾ ਜੀ, ਪਰ ਬਾਦਲ ਸਾਹਿਬ 84 ਦਾ ਜਿਹੜੀਆਂ ਵਿਧਵਾਵਾਂ ਨੇ ਉਹਨਾਂ 'ਤੇ ਚਿੱਟੀਆਂ ਚੁੰਨੀਆਂ ਦੇ ਕੇ ਵੋਟਾਂ ਵੇਲੇ ਗੇੜੇ ਕਢਾਉਣੇ ਨਹੀਂ ਭੁੱਲਦੇ, ਹੁਣ ਇਹ ਕੀ ਕਰਦੇ ਨੇ? ਉਹੀ ਪਾਲਸੀ ਭਾਜਪਾ ਦੀ ਆ, ਘੱਟ ਗਿਣਤੀ ਨੂੰ ਮਾਰਨ ਅਤੇ ਕੁਚਲਣ ਵਾਲੀ, ਉਹੀ ਕਾਂਗਰਸ ਦੀ ਆ, ਪਰ ਇਹ ਪਾਲਸੀ ਨੂੰ ਕੋਈ ਹੱਥ ਲਾਉਣ ਦੀ ਥਾਂ ਇਹ ਬੰਦਿਆਂ ਨੂੰ ਦੋਸ਼ੀ ਠਹਿਰਾ ਕੇ ਬਚਣਾ ਚਾਹੁੰਦੇ ਆ, ਇਸੇ ਕਰਕੇ ਸਵਾਲ ਦਾ ਜਵਾਬ ਨਹੀਂ ਦਿੰਦੇ ਵੀ ਸਰਕਾਰਾਂ ਦੇ ਮਾੜੇ ਪਾਪਾਂ ਲਈ ਅਗਲੀ ਸਰਕਾਰ ਮਾਫੀ ਮੰਗਦੀ ਆ, ਐ ਥੋੜਾ ਵੀ ਉਹ ਸਰਕਾਰਾਂ ਮਾਫੀ ਮੰਗਣ। ਠੀਕ ਹੈ ਵਿਕਰਮਜੀਤ, ਆਈ ਥਿੰਕ KP 84 ਵਿੱਚ ਜਿਹੜਾ ਮੈਸੇਕਰ ਹੋਇਆ, ਦੈਟ ਸੈਟ ਦੀ ਟੈਂਪਲੇਟ ਫੋਰ ਦਾ 2002 ਗੁਜਰਾਤ ਪ੍ਰੋਗਰਾਮ ਅਗੇਂਸਟ ਦ ਮੁਸਲਿਮਸ, ਇਹਦੇ ਵਿੱਚ ਅਗੇਂਸਟ ਦ ਸਿੱਖਸ ਹੋਇਆ ਸੀ। ਇਹਦੇ ਵਿੱਚ ਦੋ ਬੜੀ ਯੂਜ਼ ਆਫ ਨੋਮਨਕਲੇਚਰ ਜਾਂ ਟਰਮਸ ਜਿਹੜੀਆਂ ਨੇ ਬੜੀ ਕਲੋਜ਼ਲੀ ਰਿਜ਼ੈਂਬਲ ਕਰਦੀਆਂ 84 ਐਂਡ 2002। ਇੱਕ ਤਾਂ ਇਹ ਕਹਿੰਦੇ ਨੇ ਕਿ ਇਟ ਵਾਜ਼ ਅ ਰਾਈਟ, ਉਹਦਾ ਇੰਪਲੀਕੇਸ਼ਨ ਹੈ ਕਿ ਦੋ ਕਮਿਊਨਿਟੀ ਲੜ ਪਈਆਂ ਔਰ ਉਹ ਲੜ ਗਏ ਅਤੇ ਉਹਦੇ ਵਿੱਚ ਇੱਕ ਦੂਜੇ ਨੂੰ ਕੁੱਟ ਮਾਰ ਕੇ ਬੰਦੇ ਮਾਰ ਕੇ। ਅੱਜ ਵੀ ਜਿਹੜੇ ਸੈਂਟਰ BJP ਦੇ ਬਿਆਨ ਆ ਰਹੇ ਆ ਉਹਨਾਂ ਨੇ ਰਾਈਟ ਹੀ ਕਿਹਾ, 2002 ਗੁਜਰਾਤ ਨੂੰ ਵੀ ਰਾਈਟ ਕਹਿੰਦੇ ਨੇ, 84 ਨੂੰ ਵੀ ਰਾਈਟ ਕਹਿੰਦੇ ਨੇ ਕਿ ਦੋ ਕਮਿਊਨਿਟੀ ਲੜ ਪਈਆਂ ਨਾ। ਉਹਦੇ 'ਚ ਕੀ ਹੁੰਦਾ ਹੈ, ਇਹ ਇੱਕ ਬੜਾ ਬਿਊਟੀਫੁਲ ਜਿਹਾ ਇਹਨਾਂ ਨੇ ਕੈਮੋਫਲਾਜ ਬਣਾਇਆ। ਅਸਲੀਅਤ 'ਚ ਕੀ ਹੁੰਦਾ ਹੈ ਕਿ ਇੱਕ ਕਮਿਊਨਿਟੀ ਨੂੰ ਇਹ ਪੂਰੀ ਸਟੇਟ ਦੀ ਜਿਹੜੀ ਔਰਗਨਸ ਨੇ, ਇੰਕਲੂਡਿੰਗ ਪੁਲਿਸ, ਪੋਲੀਟੀਕਲ ਪਾਵਰ, ਐਗਜ਼ੀਕਿਊਟਿਵ ਪਾਵਰ, ਉਹ ਸਾਰੀ ਇਕੱਠੀ ਹੋ ਕੇ ਕੁੱਟਦੀ ਹੈ। ਠੀਕ ਹੈ, ਉਹ ਮਰਡਰ ਹੁੰਦਾ ਹੈ, ਇੱਕ ਵਨ ਸਾਈਡਡ ਮਰਡਰ, ਕਿਉਂਕਿ ਜਦ ਮੋਬਸ ਪੁਲਿਸ ਬੈਕਿੰਗ ਨਾਲ ਲਾਉਂਦੇ ਨੇ, ਜਿਹੜੀ ਮਾਈਨੋਰਿਟੀ ਦੋ ਚਾਰ ਬੰਦੂਕਾਂ ਨੂੰ ਛਿਨ ਲੈਂਦੀ ਹੈ, ਤਾਂ ਇਟ ਬਿਕਮਸ ਅ ਮਰਡਰ, ਇਟ ਇਜ਼ ਨੋਟ ਅ ਕਲੈਸ਼ ਬਿਟਵੀਨ ਕਮਿਊਨਿਟੀਜ਼। ਸੋ ਫਸਟਲੀ ਇਜ਼ ਦੈਟ, ਸੈਕੰਡਲੀ ਇਹ ਜਿਹੜਾ ਯੂਜ਼ ਕਰਦੇ ਨੇ
ਇਹ ਐਡਮਿਨਿਸਟ੍ਰੇਟਿਵ ਫੇਲੀਅਰ ਨਹੀਂ ਪੂਰਾ, ਇਟ ਇਜ਼ ਕਿ ਜਿਹੜੇ ਅਫਸਰ ਹੁੰਦੇ ਨੇ ਸਟੇਟ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ 'ਚ, ਉਹ ਆਪਣਾ ਰੋਲ ਨਹੀਂ ਨਿਭਾਉਂਦੇ ਕਿਉਂਕਿ ਦੇ ਆਰ ਫੇਵਰਿੰਗ ਦੀ ਪੋਲੀਟੀਕਲ ਪਾਰਟੀ ਵਿੱਚ ਵਾਂਟਸ ਦ ਮੈਸੇਕਰ ਟੂ ਬੀ ਡਨ। ਹੁਣ ਤੁਸੀਂ ਆਹ ਦੇਖੋ ਕਿ 84 ਦੇ ਬਾਅਦ ਰਾਜੀਵ ਗਾਂਧੀ ਨੂੰ 400 ਤੋਂ ਜ਼ਿਆਦਾ ਸੀਟਾਂ ਮਿਲੀਆਂ। 2002 ਦੇ ਬਾਅਦ ਮੋਦੀ ਜੀ ਨੇ ਕਦੀ ਇਲੈਕਸ਼ਨ ਨਹੀਂ ਹਾਰੀ, ਹੀ ਹੈਜ਼ ਨੋਟ ਲੋਸਟ ਇਲੈਕਸ਼ਨ। ਔਰ ਤੁਸੀਂ ਇੱਕ ਹੋਰ ਗੱਲ ਨੋਟ ਕਰੋ ਕਿ 2002 ਵਿੱਚ ਅੱਗ ਕਿਸ ਤਰ੍ਹਾਂ ਲੱਗੀ, ਅੱਗ ਇਸ ਤਰ੍ਹਾਂ ਲੱਗੀ ਬਿਕੋਜ਼ ਆਫ ਦੀ ਡਿਸੀਜਨ ਆਫ ਦੀ ਮੋਦੀ ਗਵਰਨਮੈਂਟ ਟੂ ਗੈਟ ਦੀ ਬੋਡੀਜ਼ ਆਫ ਦਾ ਕਾਰ ਸੇਵਕਸ ਫਰੋਮ ਗੋਦਰਾ ਟੂ ਅਹਿਮਦਾਬਾਦ। ਔਰ ਜਿਸ ਤਰ੍ਹਾਂ ਬੋਡੀਜ਼ ਪਹੁੰਚੀਆਂ ਉੱਥੇ ਅੱਗ ਲੱਗੀ, ਔਰ ਜਿਹਨੇ ਵੀ ਇਹ ਡਿਸੀਜਨ ਲਿੱਤੀ ਉਹਨੇ ਡਿਸੀਜਨ ਜਾਣ ਬੁੱਝ ਕੇ ਲਿੱਤੀ ਅੱਗ ਲਾਉਣ ਲਈ। ਠੀਕ ਹੈ, ਮੈਂ ਹੋਰ ਥੋੜ੍ਹਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਥੋੜ੍ਹੀ ਜਿਹੀ ਡਿਬੇਟ ਆ, ਵਕਤ ਜ਼ਿਆਦਾ ਮੰਗਦੀ ਪਈ ਹੈਗੀ ਹੈ, ਪਰ ਸਵਾਲ ਇਹਦੇ ਵਿੱਚ ਇਹ ਵੀ ਹੈਗਾ, ਡਾਕਟਰ ਮਨਮੋਹਨ ਸਿੰਘ ਜਿਹੜਾ ਬਿਆਨ ਦਿੱਤਾ ਹੈਗਾ, ਉਸ ਤੋਂ ਬਾਅਦ ਗੁਜਰਾਲ ਪਰਿਵਾਰ ਅਤੇ ਨਰਸਿਮਾ ਰਾਓ ਪਰਿਵਾਰ, ਉਹਨਾਂ ਨੇ ਜਿਹੜਾ ਸਵਾਗਤ ਕੀਤਾ ਅਤੇ ਸਵਾਲ ਚੁੱਕੇ ਹੈਗੇ ਆ, ਉਹਦਾ ਜਵਾਬ ਇਹ ਪੈਨਲ ਕੀ ਦਊਗਾ? ਬ੍ਰੇਕ ਤੋਂ ਵਾਪਸ ਆ ਰਿਹਾ। ਵੱਡਾ ਸਵਾਲ ਇਹ ਪੁੱਛ ਰਿਹਾ ਸੀ, ਸਿੱਖ ਕਤਲੇਆਮ ਦੇ 35 ਸਾਲ ਬਾਅਦ ਮਨਮੋਹਨ ਸਿੰਘ ਦੇ ਬਿਆਨ ਨਾਲ ਕੌਣ ਕੌਣ ਬੇਪਰਦਾ ਹੋਇਆ? ਰੋਪੜ ਸਾਹਿਬ, ਗੁਜਰਾਲ ਸਾਹਿਬ ਦੀ ਸਰਕਾਰ ਦੇ ਵੇਲੇ ਤੁਹਾਡੀ ਪਾਰਟੀ ਨੇ ਉਹਨਾਂ ਨੂੰ ਹਮਾਇਤ ਦਿੱਤੀ ਸੀਗੀ, ਉਸਦਾ ਜ਼ਿਕਰ ਵੀ ਹੈ ਜਿਹੜਾ ਮੇਨ ਸਟ੍ਰੀਮ ਮੀਡੀਆ ਕਰਦਾ ਪਿਆ ਹੈਗਾ, ਮੈਂ ਉਸ ਜ਼ਿਕਰ ਨੂੰ ਵਿੱਚ ਨਹੀਂ ਲੈ ਕੇ ਆ ਰਿਹਾ, ਪਰ ਗੁਜਰਾਲ ਪਰਿਵਾਰ ਨੇ ਜਿਹੜਾ ਸਵਾਗਤ ਕੀਤਾ ਅਤੇ ਜਿਹੜਾ ਪੀ ਵੀ ਨਰਸਿਮਾ ਰਾਓ ਦੇ ਪਰਿਵਾਰ ਨੇ ਸਵਾਲ ਚੁੱਕੇ ਹੈਗੇ, ਤੁਸੀਂ ਕਿਹਦੇ ਨਾਲ ਖੜੇ ਹੋ? ਦੇਖੋ ਜੀ, ਗੁਜਰਾਲ ਸਾਹਿਬ ਦਾ ਜਿਹੜਾ ਹੈਗਾ ਉਹ ਪਰਿਵਾਰ ਹੈਗਾ, ਨੈਚੁਰਲ ਹੈ ਜੇ ਅੱਜ ਉਹਨਾਂ ਦੇ ਉਸਦੀ ਸਟੇਟਮੈਂਟ ਆਈ ਉਹ ਆਪਣੀ ਪਿੱਠ ਥਪਥਪਾ ਰਹੇ ਨੇ, ਔਰ ਨਰਸਿਮਾ ਰਾਓ ਦਾ ਪਰਿਵਾਰ ਹੈਗਾ ਉਹ ਸਾਰਿਆਂ ਨੂੰ ਕੰਡੈਮ ਕਰ ਰਿਹਾ ਹੈਗਾ। ਦੇਖੋ ਗੱਲ ਕੌਣ ਕਿਹੜੇ ਕੀ ਪਰਿਵਾਰ ਦੇ, ਕੇਪੀ ਜੀ ਹੁਣ ਮੈਂ ਪੂਰਾ ਸਵਾਲ ਲੈ ਲਿਆ ਕਰੋ, ਇਦਾਂ ਨਾ ਕਰਿਆ ਕਰੋ। ਚਲੋ ਆਪਾਂ ਤੁਸੀਂ ਸਵਾਲ, ਨਰਸਿਮਾ ਰਾਓ ਦੇ ਪਰਿਵਾਰ ਨੇ ਸਵਾਲ ਚੁੱਕੇ ਆ, ਹੁਣ ਤੁਸੀਂ ਨਰਸਿਮਾ ਰਾਓ ਦੇ ਪਰਿਵਾਰ ਦੇ ਨਾਲ ਖੜੇ ਹੋ ਜਾਂ ਡਾਕਟਰ ਮਨਮੋਹਨ ਸਿੰਘ ਦੇ ਨਾਲ ਖੜੇ ਹੋ? ਦੇਖੋ ਅਸੀਂ ਡਾਕਟਰ ਮਨਮੋਹਨ ਸਿੰਘ ਦੇ ਨਾਲ ਖੜਨਾ ਜਾਂ ਉਹਨਾਂ ਦੇ ਕਰਨਾ, ਇਹਦਾ ਮਾਮਲਾ ਹੀ ਨਹੀਂ ਹੈਗਾ, ਮਾਮਲਾ ਤਾਂ ਸੱਚਾਈ ਦਾ ਹੈ। ਆਪਾਂ ਡਾਕਟਰ ਮਨਮੋਹਨ ਸਿੰਘ ਸੱਚ ਬੋਲਦੇ ਪਏ ਜਾਂ ਪੀਵੀ ਨਰਸਿਮਾ ਰਾਓ ਦਾ ਪਰਿਵਾਰ ਸੱਚ ਬੋਲਦਾ ਪਿਆ? ਮੈਂ ਕਹਿੰਦਾ ਜੀ, ਸਰਦਾਰ ਮਨਮੋਹਨ ਸਿੰਘ ਜੇ ਕੋਈ ਗੱਲ ਹੋਊਗੀ ਤਾਂ ਹੀ ਉਹ ਬੋਲ ਰਿਹਾ ਹੈ, ਇਦਾਂ ਦੀ ਕੋਈ ਗੱਲ ਨਹੀਂ। ਸਰਦਾਰ ਮਨਮੋਹਨ ਪੀਵੀ ਨਰਸਿਮਾ ਰਾਓ ਦਾ ਪਰਿਵਾਰ ਝੂਠ ਬੋਲ ਰਿਹਾ? ਦੇਖੋ ਮੈਂ ਹੁਣ ਕੇਪੀ ਜੀ ਫਿਰ ਉਹੀ ਗੱਲ ਆ, ਤੁਹਾਡੀ ਪਾਰਟੀ ਚੋਂ ਸਾਰੇ ਨਿਕਲੇ, ਮੈਂ ਤੁਹਾਡੀ ਪਾਰਟੀ ਦੇ ਸਵਾਲ ਕਰ ਰਿਹਾ, ਦੂਜੀ ਪਾਰਟੀ ਦਾ ਕੋਈ ਸਵਾਲ ਨਹੀਂ ਕਰ ਰਿਹਾ ਮੈਂ। ਜਨਾਬ, ਜਿਹੜਾ ਉਹਨਾਂ ਦਾ ਬੇਟਾ ਹੈਗਾ ਉਹ ਪੋਲਿਟਿਕਸ 'ਚ ਨਹੀਂ, ਹੀ ਇਜ਼ ਨਾਟ ਇਨ ਐਕਟਿਵ ਪੋਲਿਟਿਕਸ, ਉਹ ਆਪਣੇ ਪਰਿਵਾਰ ਨੂੰ ਵਿਚਾਰਿਆ, ਜਿਹੜਾ ਉਹਨਾਂ ਦਾ ਬੇਟਾ ਉਹ ਐਕਟਿਵ ਪੋਲਿਟਿਕਸ 'ਚ ਨਹੀਂ ਹੈਗਾ ਇਸ ਵੇਲੇ, ਉਹਨਾਂ ਦੇ ਪੋਤੇ ਨੇ ਬਿਆਨ ਦਿੱਤਾ, ਜੋ ਜਿਹੜਾ ਵੀ ਹੈਗਾ ਉਹ ਐਕਟਿਵ ਪੋਲਿਟਿਕਸ 'ਚ ਨਹੀਂ ਹੈਗਾ ਇਸ ਵੇਲੇ, ਅਤੇ ਜਿਹੜਾ ਨਰਸਿਮਾ ਰਾਓ ਦਾ ਉਹ ਹੈਗਾ। ਠੀਕ ਹੈ, ਅਤੇ ਇਸ ਕਰਕੇ ਜਿਹੜੀ ਅਸੀਂ ਗੱਲ ਕਰਦੇ ਹਾਂ, ਜੇ ਸਰਦਾਰ ਮਨਮੋਹਨ ਸਿੰਘ ਨੇ ਗੱਲ ਕੀਤੀ ਆ, ਅਸੀਂ ਉਸ ਗੱਲ ਨੂੰ ਕੰਟੈਸਟ ਨਹੀਂ ਕਰਦੇ। ਸਰਦਾਰ ਮਨਮੋਹਨ ਸਿੰਘ ਨੇ ਕੋਈ ਫੈਕਚੁਅਲ ਪੋਜੀਸ਼ਨ ਨਹੀਂ ਰੱਖੀ ਆ, ਔਰ ਬਿਲਕੁਲ ਆਰਮੀ ਲੇਟ ਹੋਈ ਹੈ, ਇਹ ਆਲਰੇਡੀ ਕਈ ਕਮਿਸ਼ਨ ਕਹਿ ਚੁੱਕੇ। ਚਲੋ ਇੱਕ ਆਖਰੀ ਸਵਾਲ ਦਾ ਜਵਾਬ ਦਿਓ, ਡਾਕਟਰ ਮਨਮੋਹਨ ਸਿੰਘ ਦੇ ਬਿਆਨ ਦੇ ਨਾਲ ਕੀ ਗਾਂਧੀ ਪਰਿਵਾਰ ਖੜਾ? ਦੇਖੋ ਮੈਂ ਹੁਣ ਇੱਕ ਗੱਲ, ਦੇਖੋ ਕੇਪੀ ਜੀ ਫਿਰ ਗੱਲ ਉੱਥੇ ਹੀ ਆ ਗਈ, ਤੁਸੀਂ ਹੁਣ ਇੱਕ ਬੈਠ ਕੇ ਇੱਕ ਸਪੋਕਸਮੈਨ ਤੋਂ ਇਹ ਪੁੱਛਦੇ ਹੋ ਵੀ ਮੈਂ ਹੁਣ ਮੈਂ ਸਟੇਟ ਪਾਰਟੀ ਦਾ ਸਪੋਕਸਮੈਨ ਆ, ਮੈਂ ਆਲ ਇੰਡੀਆ ਦੇ ਉੱਤੇ ਕਿਵੇਂ ਡਿਸਾਈਡ ਕਰਕੇ ਦੱਸ ਸਕਦਾ? ਤੁਹਾਨੂੰ ਲੱਗਦਾ ਵੀ ਨਹੀਂ ਖੜਾ ਹੋਇਆ? ਮੈਂ ਕਹਿੰਦਾ ਖੜਾ ਹੋਣ ਨਾ ਖੜਾ, ਜਵਾਬ ਉਹ ਗਾਂਧੀ ਜਿਹੜਾ, ਮੇਰੀ ਗੱਲ ਮੇਰੇ ਡੋਮੇਨ ਦੀ ਨਹੀਂ, ਨਹੀਂ ਨਹੀਂ ਨਿੱਜੀ ਬਿਆਨ ਹੈ। ਮੈਂ ਕਹਿੰਦਾ ਸਰ, ਮੈਂ ਕੋਈ ਨਿੱਜੀ ਬਿਆਨ ਨਹੀਂ ਕਹਿੰਦਾ, ਉਹ ਪਾਰਟੀ ਉਹਨਾਂ ਨਾਲ ਖੜੀ ਹੈ। ਚਲੋ ਠੀਕ ਠੀਕ ਹੈ ਨਾ, ਦੂਜੀ ਗੱਲ, ਪਰ ਜਿਹੜੀ ਮੇਰੀ ਹੁਣ ਕੰਪਲੀਟ ਹੋ ਲੈਣ ਦੋ, ਪਰ ਤੁਸੀਂ ਨਾ ਇਹ ਗੱਲਾਂ ਆਪਾਂ ਜਦੋਂ ਕਰਦੇ ਹਾਂ, ਜਿਹੜੀ ਮੇਰੇ ਡੋਮੇਨ ਦੀ ਗੱਲ ਮੈਂ ਉਸੇ ਦੇ ਜਵਾਬ ਦੇ ਸਕਦਾ, ਜਿਹੜੀ ਮੇਰੇ ਡੋਮੇਨ ਦੀ ਗੱਲ ਮੈਂ ਕਿਵੇਂ ਜਵਾਬ ਦੇ ਸਕਦਾ? ਮੈਂ ਆਪਦੀ ਹੱਦ ਭੁੱਲ ਜਾਣਾ, ਸੀਮਾ ਭੁੱਲ ਜਾਣਾ, ਨਹੀਂ ਸੀਮਾ ਮੈਂ ਭੁੱਲ ਜਾਣਾ, ਨਹੀਂ ਭੁੱਲਣੀ ਚਾਹੀਦੀ, ਕੀ ਕਰਾਂ? ਹਾਂ ਕਿ ਨਹੀਂ ਨਹੀਂ ਭੁੱਲਣੀ ਨਹੀਂ ਚਾਹੀਦੀ, ਤੁਸੀਂ ਆਲ ਇੰਡੀਆ ਦੀ ਡਿਬੇਟ ਕਰੋ ਨਾ, ਆਲ ਇੰਡੀਆ ਦੇ ਸਪੋਕਸਮੈਨ ਕਰੋ, ਮੈਂ ਭੁੱਲ ਜਾਣਾ ਮੈਂ ਮਾਫੀ ਮੰਗ ਲੈਣਾ ਦਰਸ਼ਕਾਂ ਤੋਂ। ਹਾਂਜੀ ਬੋਲੋ ਜੀ। ਆਈ ਥਿੰਕ ਚਾਹੇ ਨਰਸਿਮਾ ਰਾਓ ਦੀ ਫਾਲਟ ਸੀ ਜਾਂ ਰਾਜੀਵ ਗਾਂਧੀ ਦੀ ਫਾਲਟ ਸੀ, ਇੱਕ ਸਵਾਲ ਤੇ ਡਾਕਟਰ ਮਨਮੋਹਨ ਸਿੰਘ ਨੇ ਬੜੀ ਫਰਮਲੀ ਅੱਗੇ ਪਲੇਸ ਕਰਤਾ ਹੈ ਕਿ ਦੇਰ ਵਾਜ਼ ਅ ਡਿਲੇ ਆਫ 3 ਡੇਜ਼ ਟੂ ਗੈਟ ਇਨ ਦੀ ਆਰਮੀ। ਠੀਕ ਹੈ, ਉਹਦੇ ਵਿੱਚੋਂ ਕਾਂਗਰਸ ਗਵਰਨਮੈਂਟ ਆਫ ਦੈਟ ਡੇ, ਚਾਹੇ ਉਹ ਨਰਸਿਮਾ ਰਾਓ ਸੀ ਜਾਂ ਰਾਜੀਵ ਗਾਂਧੀ ਟੂ ਬਲੇਮ, ਉਹ ਤੋਂ ਚੋਂ ਨਿਕਲ ਹੀ ਨਹੀਂ ਸਕਦੇ। ਠੀਕ ਹੈ, ਉਹ ਤਾਂ ਉਹਨਾਂ ਦੇ ਆਪਣੇ ਪ੍ਰਧਾਨ ਮੰਤਰੀ ਨੇ ਹੀ ਇਲਜ਼ਾਮ ਲਾਤਾ। ਠੀਕ ਹੈ ਨਾ, ਉਹਦੇ ਇਟ ਇਜ਼ ਨੋਟ BJP ਯੂ ਸੇਇੰਗ ਇਟ ਔਰ ਅਕਾਲੀ ਦਲ ਯੂ ਸੇਇੰਗ ਇਟ, ਇਟ ਇਜ਼ ਦੇਅਰ ਓਨ ਫਾਰਮਰ ਪ੍ਰਾਈਮ ਮਿਨਿਸਟਰ, ਦੇਅਰ ਓਨ ਫਾਰਮਰ ਫਾਈਨੈਂਸ ਮਿਨਿਸਟਰ ਯੂ ਸੇਇੰਗ ਇਟ, ਸੋ ਦੇ ਕਾਂਟ ਗੈਟ ਆਊਟ ਆਫ ਇਟ। ਕੰਪਲੀਟ ਕੰਪਲਿਸਿਟ ਫੇਲੀਅਰ ਕਹਿ ਲਓ, ਕੰਪਲਿਸਿਟੀ ਕਹਿ ਲਓ, ਕੁਛ ਕਹਿ ਲਓ, ਦੇ ਆਰ ਰਿਸਪੋਂਸਿਬਲ ਫਾਰ ਦ ਮੈਸੇਕਰ ਆਫ ਦ ਸਿੱਖਸ ਇਨ 1984। ਸੈਕਿੰਡ ਪੁਆਇੰਟ ਰਾਈਜ਼, ਕਾਂਗਰਸ ਦੇ ਸਪੋਕਸਪਰਸਨ ਮਿਸਟਰ ਰੋਪੜ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਤਾਂ ਸੌ ਹੀ ਨਹੀਂ ਚੱਕੀ ਸੀ ਉਸ ਟਾਈਮ, ਉਹ ਤਾਂ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਸੀ। ਇਹਨਾਂ ਦੇ ਆਪਣੇ ਜਗਦੀਸ਼ ਟਾਈਟਲਰ ਦੀ ਸਟੇਟਮੈਂਟ ਹੈ ਕਿ ਰਾਜੀਵ ਗਾਂਧੀ ਨੇ ਗੱਡੀ ਚਲਾ ਕੇ ਨੌਰਥ ਦਿੱਲੀ ਦੇ ਟੋਰ ਕੀਤੇ ਨੇ ਡਿਊਰਿੰਗ ਦਾ ਅੱਗ ਲੱਗੀ ਹੈ ਦਿੱਲੀ 'ਚ, ਟਾਈਟਲਰ ਦੀ ਸਟੇਟਮੈਂਟ ਹੈ। ਤੀਜੀ ਗੱਲ ਇਹ ਹੈ ਕਿ ਜਦ ਰਾਜੀਵ ਗਾਂਧੀ ਜੀ ਨੇ ਕੈਬਨਿਟ ਬਣਾਇਆ ਆਪਣਾ, ਉਹਨਾਂ ਨੇ
ਜਿਸ ਟਾਈਮ ਸ਼ੁਰੂ ਹੋਏ ਨੇ ਰਾਇਟਸ, ਮਿਸਟਰ ਰਾਜੀਵ ਗਾਂਧੀ ਵਾਜ਼ ਨਾਟ ਇਨ ਦਿੱਲੀ, ਔਰ ਆਪਾਂ ਉਹੀ ਗੱਲ ਘੁਮਾ ਕੇ ਜਿਹੜੀ ਗੱਲ ਮੈਂ ਉਹੀ ਕਹਿੰਦਾ ਜੇ ਕੋਈ ਦੂਸਰਾ ਘੁਮਾਉਂਦਾ ਉਹਨੂੰ ਤੁਸੀਂ ਕਹਿੰਦੇ ਬੜੀ ਠੀਕ ਮਾਰ ਰਹੇ ਹੋ। ਨਹੀਂ ਦੇਖੋ ਬਿਕਰਮ ਜੀ, ਮੈਂ ਨਹੀਂ ਗੱਲ, ਮੈਂ ਕਹਿੰਦਾ ਬਿਲਕੁਲ ਮੈਂ ਥੋੜਾ ਕਰੈਕਟ ਕਰ ਦਵਾਂ ਰੋਪੜ ਸਾਹਿਬ, ਇਹ ਸ਼ੁਰੂ ਹੋਇਆ ਰੋਪੜ ਸਾਹਿਬ ਰਾਈਟ ਨਹੀਂ ਸੀਗੇ, ਰਾਈਟ ਨਹੀਂ ਸੀਗੇ, ਜੈਨੋਸਾਈਡ ਸੀਗਾ ਇੱਕ ਤਾਂ ਇੱਕ ਜਿਹੜਾ ਤੁਸੀਂ ਮੇਰਾ ਸਵਾਲ ਕਿਹਾ ਕਿ ਨੈਸ਼ਨਲ ਪੱਧਰ ਦੇ ਸਵਾਲ ਹੈਗੇ, ਤੁਹਾਨੂੰ ਇਹ ਡਿਬੇਟ ਨਹੀਂ ਕਰਨੀ ਚਾਹੀਦੀ। ਵਿਕਰਮਜੀਤ ਥਰਾ ਨੇ ਨੈਸ਼ਨਲ ਪੱਧਰ ਸਵਾਲ ਰੱਖਤਾ, ਤੁਸੀਂ ਨਾਲ ਦੇ ਭੜਕ ਪਏ, ਕਿਉਂ ਭੜਕਦੇ ਪਏ ਹੋ? ਨਹੀਂ ਦੇਖੋ ਨੈਸ਼ਨਲ ਪੱਧਰ ਨਹੀਂ, ਤੁਸੀਂ ਸਟੇਟ ਪੱਧਰ ਦੀ ਗੱਲ ਕਰੋ ਨਾ ਫਿਰ। ਦੇਖੋ ਬੇਟੇ ਵੀ ਉਹੀ ਗੱਲ ਹੈ ਨਾ, ਆਪਾਂ ਸਕੋਰ ਕਰਨ ਵਾਸਤੇ ਨਹੀਂ, ਸਕੋਰ ਨਹੀਂ ਹੋ ਰਿਹਾ, ਸਕੋਰ ਨਹੀਂ ਹੋ ਰਿਹਾ, ਕਰਨ ਵਾਸਤੇ ਨਹੀਂ, ਸਕੋਰ ਕਰਨ ਵਾਸਤੇ ਕਰ ਰਿਹਾ। ਮੈਂ ਕਿਹਾਗਾ ਤੁਸੀਂ ਸਕੋਰ ਕਰ ਰਹੇ ਹੋ ਨਾ, ਤੁਸੀਂ ਸਕੋਰ ਕਰ ਰਹੇ ਹੋ, ਮੈਂ ਕੋਈ ਸਾਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਜਿਹੜਾ ਕੋਈ ਮੈਂ ਜੇ ਕੋਈ ਤੁਸੀਂ ਪਾਲਿਸੀ ਦੀ ਗੱਲ ਕੀਤੀ ਹੈ ਵੀ ਪਾਰਟੀ ਦੀ ਪਾਲਿਸੀ ਕੀ ਹੋਊਗੀ, ਉਹ ਪਾਰਟੀ ਦੀ ਪਾਲਿਸੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਡਿਸਾਈਡ ਕਰਨੀ ਹੈ, ਉਹਦੇ ਵਿੱਚ ਚਲੋ ਤੁਸੀਂ ਪਾਰਟ ਵੀ ਨਹੀਂ। ਚਲੋ ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ, ਤੁਸੀਂ ਨਾ ਸਟੇਟ ਕਾਂਗਰਸ ਦੀ ਪਾਲਿਸੀ ਦੱਸਦੇ ਪਏ ਹੋ, ਨਾ ਤੁਸੀਂ ਨੈਸ਼ਨਲ ਦੱਸਦੇ ਪਏ ਹੋ। ਨੈਸ਼ਨਲ ਦੇ ਤੁਸੀਂ ਕਹਿੰਦੇ ਸਾਡੇ ਤੋਂ ਬਾਹਰ ਹੈਗੀ ਆ, ਅਸੀਂ ਦੱਸ ਨਹੀਂ ਸਕਦੇ। ਇੱਕ ਮਿੰਟ ਸੁਣੋ, ਸਵਾਲ ਸੁਣ ਲਓ, ਸਵਾਲ ਸੁਣ ਲਓ। ਸਟੇਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੈਗੇ ਆ, ਸੁਨੀਲ ਜਾਖੜ ਹੈਗੇ ਆ, ਉਹਨਾਂ ਦੀ ਪਾਲਿਸੀ ਕੀ ਹੈਗੀ ਇਸ ਬਿਆਨ ਤੇ? ਕੋਈ ਹੈਗਾ ਬਿਆਨ ਤੁਹਾਡੇ ਕੋਲ, ਕੋਈ ਜਵਾਬ ਹੈਗਾ? ਮੈਂ ਕਹਿੰਦਾ ਜੀ ਜਦੋਂ ਬਿਆਨ ਆਜੂਗਾ ਕਰ ਲਾਂਗੇ ਨਾ, ਹੁਣ ਤੁਸੀਂ ਮੈਂ ਉਹੀ ਗੱਲ ਕਰਦਾ, ਤੁਸੀਂ ਉਦੋਂ ਜੇ ਸਾਡੇ ਨਾਲ ਆਪਣਾ ਮੇਲ ਰੱਖਦੇ ਸਾਨੂੰ ਬੁਲਾ ਕੇ ਤੁਸੀਂ ਜੋ ਕਹਿੰਦੇ ਅਸੀਂ ਸੱਚ ਤੁਹਾਡਾ ਜਵਾਬ ਆ ਗਿਆ, ਤੁਹਾਡਾ ਜਵਾਬ ਆ ਗਿਆ। ਡਾਕਟਰ ਲੋ, ਇਸ ਡਿਬੇਟ ਨੂੰ ਮੈਂ ਕਿਹੜੇ ਨੋਟ ਤੇ ਜਾ ਕੇ ਐਂਡ ਕਰਾਂ? ਪੀਐਮ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੋ ਬਿਆਨ ਦਿੰਦੇ ਹੈਗੇ ਆ, ਉਸ ਦਾ ਭਵਿੱਖ ਕੀ ਹੈਗਾ? ਦੇਖੋ, ਉਹਨਾਂ ਨੇ ਮੇਰਾ ਖਿਆਲ ਆ ਇਨੋਸੈਂਟਲੀ ਇਹ ਸਟੇਟਮੈਂਟ ਦਿੱਤੀ ਹੈ, ਕਿਉਂਕਿ ਜਿਹੜੀ ਸੱਚਾਈ ਆ ਹੋ ਸਕਦਾ ਉਹਨਾਂ ਦੀ ਮਾਨਸਿਕਤਾ 'ਤੇ ਭਾਰੂ ਹੋਵੇ, ਔਰ ਉਹਨਾਂ ਨੇ ਇਸ ਕਿਸਮ ਉਹਨਾਂ ਨੇ ਭਾਰ ਹਲਕਾ ਕੀਤਾ, ਆਪਣਾ ਭਾਰ ਹਲਕਾ ਕੀਤਾ, ਔਰ ਉਹ ਟਰੁੱਥਫੁੱਲ ਸਟੇਟਮੈਂਟ ਆ, ਓਨੈਸਟ ਸਟੇਟਮੈਂਟ ਆ, ਐਂਡ ਦੈਟ ਸ਼ੁੱਡ ਬੀ ਟੇਕਨ ਇਸ ਇਸ ਬਿਆਨ ਨੂੰ ਇਨ ਲੈਟਰ ਐਂਡ ਸਪਿਰਿਟ, ਇਨ ਲੈਟਰ ਔਰ ਸਾਬਕਾ ਪ੍ਰਧਾਨ ਮੰਤਰੀ ਇਸ ਬਿਆਨ ਸਮਝੀਏ ਜਾਂ ਸਰਦਾਰ ਮਨਮੋਹਨ ਸਿੰਘ ਦਾ ਬਿਆਨ ਸਮਝੋ, ਦੇਖੋ ਇੱਕ ਜਿਸ ਤਰ੍ਹਾਂ ਮਰਜ਼ੀ ਸਮਝ ਲਓ, ਸਾਬਕਾ ਪ੍ਰਾਈਮ ਮਿਨਿਸਟਰ ਦਾ ਸਮਝ ਲਓ, ਕਿਉਂਕਿ ਉਸ ਪੋਜੀਸ਼ਨ 'ਚ ਉਸ ਸਟੇਜ ਦੇ ਉੱਤੇ ਉਹ ਬੋਲ ਰਹੇ ਆ, ਔਰ ਇਸ ਉਸ ਪੋਜੀਸ਼ਨ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ। ਦੂਸਰੀ ਇੰਪੋਰਟੈਂਟ ਗੱਲ ਜੋ ਮੈਂ ਗੱਲ ਕਹਿ ਰਿਹਾ, ਪਹਿਲਾਂ ਕਹੀ ਆ, ਕਿਸੇ ਦੁਨੀਆ ਦੇ ਸਟੇਟ ਦੇ ਵਿੱਚ ਕਿਸੇ ਲੈਜਿਸਲੇਚਰ 'ਤੇ ਇਸ ਨੂੰ ਜੈਨੋਸਾਈਡ ਕਰਾਰ ਦਿੱਤਾ ਜਾਂਦਾ ਤਾਂ ਉਸ ਵਿੱਚ ਕਾਂਗਰਸ ਨੂੰ ਵੀ ਕੋਈ ਬੇਚੈਨੀ ਨਹੀਂ ਹੁੰਦੀ, ਕਾਂਗਰਸ ਨਹੀਂ ਤੜਫਦੀ ਆ, ਔਰ ਇਸੇ ਤਰੀਕੇ ਨਾਲ ਬੀਜੇਪੀ ਤੜਫਦੀ ਹੈ। ਕਿਉਂ ਬਈ ਤੁਸੀਂ ਤੜਫ ਰਹੇ ਹੋ, ਕਿਉਂ ਤੁਹਾਨੂੰ ਬੇਚੈਨੀ ਹੋ ਰਹੀ ਆ? ਜਿਹੜੇ ਇੱਕ ਟਰੁੱਥਫੁੱਲ ਰੈਜ਼ੋਲੂਸ਼ਨ ਕਿਸੇ ਜਗ੍ਹਾ ਵੀ ਦੁਨੀਆ ਦੇ ਖਿੱਤੇ 'ਚ ਪਾ ਰਿਹਾ, ਜਿਹੜੇ ਉਹਨੂੰ ਜੈਨੋਸਾਈਡ ਕਹਿ ਰਹੇ ਆ, ਤੁਸੀਂ ਕਿਉਂ ਤੁਹਾਨੂੰ ਉਸ ਗੱਲ, ਔਰ ਉਸ ਫਿਰ ਸਟੇਟ ਦੀ ਜਿਹੜੀ ਪੋਲਿਸੀ ਆ ਇੰਡੀਅਨ ਸਟੇਟ ਦੀ, ਉਸ ਪ੍ਰਾਈਮ ਮਿਨਿਸਟਰ ਦੇ ਖਿਲਾਫ਼, ਉਸ ਕਿਸਮ ਦੇ ਜਿਹੜੇ ਲੋਕ ਆ ਉਹਨਾਂ ਦੇ ਖਿਲਾਫ਼, ਔਰ ਉੱਥੇ ਸਿੱਖਾਂ ਨੂੰ ਮਤਲਬ ਖਾਮਖਾ ਕਿਹਾ ਜਾਂਦਾ ਵੀ ਤੁਸੀਂ ਟੈਰਿਸਟ ਹੋ, ਫਲਾਣੇ ਹੋ, ਤੁਸੀਂ ਖਾਲਿਸਤਾਨੀ ਹੋ, ਤਿਮਕੇ ਹੋ, ਅਮਕੇ ਹੋ, ਤੁਸੀਂ ਕਿਉਂ ਨਹੀਂ ਉਸ ਚੀਜ਼ ਨੂੰ ਐਕਨੋਲੇਜ ਕਰਦੇ ਕਿ ਜਿਹੜੀ ਚੀਜ਼ ਅੱਜ ਤੋਂ 35 ਸਾਲ ਪਹਿਲਾਂ ਹੋਈ, ਜਿਹੜਾ ਘਟਨਾਕ੍ਰਮ ਹੋਇਆ ਜਿਹਦੇ 'ਚ ਸਿੱਖਾਂ ਦਾ ਹਰ ਪਹਿਲੂ ਤੋਂ ਨੁਕਸਾਨ ਕੀਤਾ ਗਿਆ, ਮੈਸੇਕਰ ਕੀਤਾ ਗਿਆ, ਗੈਂਗ ਰੇਪ ਹੋਏ, ਗੁਰਦੁਆਰੇ ਸਾੜੇ ਗਏ, ਬੀਬੀਆਂ ਦਾ ਗੈਂਗ ਰੇਪ ਹੋਇਆ, ਉਸ ਗੱਲ ਦੀ ਟਰੁੱਥ ਦੇ ਉੱਤੇ ਇਨਸਾਨੀਅਤ ਕੀ ਹੈ? ਮੈਂ ਸਮਝਦਾ ਹੈਵਾਨੀਅਤ ਹੈ ਇਹਨਾਂ ਲੋਕਾਂ, ਇਨਸਾਨੀਅਤ ਹੈ ਹੀ ਨਹੀਂ ਇਹਨਾਂ ਲੋਕਾਂ। ਸਰ ਤੁਸੀਂ ਟੈਕਨੀਕਲ ਚੀਜ਼ਾਂ ਵੀ ਬੜੀਆਂ ਜਾਣਦੇ ਹੋ, ਕਾਨੂੰਨੀ ਚੀਜ਼ਾਂ ਵੀ ਬੜੀਆਂ ਜਾਣਦੇ ਹੋ, ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਸਕਦੇ ਹੋ ਤੁਸੀਂ ਕਿ ਜੋ ਡਾਕਟਰ ਮਨਮੋਹਨ ਸਿੰਘ ਹਰਾ ਨੇ ਕਿਹਾ ਹੈਗਾ ਉਹ ਉਸ ਵੇਲੇ ਦੀ ਸਰਕਾਰ ਦਾ ਜ਼ਿਕਰ ਕਰਦੇ ਪਏ ਹੈਗੇ ਆ, ਕੀ ਅੱਜ ਉਹਨਾਂ ਫਾਈਲਾਂ ਨੂੰ ਖੰਗਾਲਿਆ ਜਾ ਸਕਦਾ? ਕੇਪੀ ਜੀ, ਅਗਰ ਕੋਈ ਵੀ ਇਨਵੈਸਟੀਗੇਸ਼ਨ ਆਨ ਹੈ, ਜਿਵੇਂ ਹਲੇ ਇਸ ਕੇਸ ਦੀ ਇਨਵੈਸਟੀਗੇਸ਼ਨ ਆਨ ਹੈ, ਸਰਦਾਰ ਮਨਮੋਹਨ ਸਿੰਘ ਇਹ 'ਚ ਐਪਲੀਕੇਸ਼ਨ ਦੇ ਕੇ ਵੀ ਵਿਟਨੈਸ ਬਣ ਸਕਦੇ ਨੇ ਕਿ ਨਹੀਂ? ਅਕਾਲੀ ਦਲ ਇਹ ਡਿਮਾਂਡ ਕਰਦਾ ਕਿ ਮੌਜੂਦਾ ਕੇਂਦਰ ਸਰਕਾਰ ਹੈ ਉਸ ਵੇਲੇ ਦੀ ਜਾਂਚ ਪੜਤਾਲ ਕਰੇ। ਬਿਲਕੁਲ ਡਿਮਾਂਡ ਕਰਦਾ ਜੀ, ਔਰ ਸਰਦਾਰ ਮਨਮੋਹਨ ਸਿੰਘ ਨੂੰ ਸਿੱਟ ਨੂੰ ਬੁਲਾਉਣਾ ਚਾਹੀਦਾ, ਔਰ ਇਹਨਾਂ ਦੇ ਬਿਆਨ ਕਲਮਬੱਧ ਕਰਨੇ ਚਾਹੀਦੇ ਨੇ, ਕਿਉਂਕਿ ਇਹ ਤਾਂ ਹਲੇ ਇੱਕ ਸਿਰਫ ਇੱਕ ਫੰਕਸ਼ਨ ਦੇ ਉੱਤੇ ਬੋਲ ਰਹੇ ਨੇ। ਮੈਨੂੰ ਇਹ ਲੱਗਦਾ ਕਿ ਸਰਦਾਰ ਮਨਮੋਹਨ ਸਿੰਘ ਇਹਦੇ 'ਤੇ ਅੱਜ ਜੇ ਬੋਲਣ ਹੀ ਲੱਗ ਗਏ ਨੇ, ਅਗਰ ਉਹਨਾਂ ਜ਼ਮੀਰ ਦੀ ਆਤਮਾ ਦੀ ਆਵਾਜ਼ ਸੁਣ ਕੇ ਬੋਲਿਆ ਹੀ ਹੈ ਤਾਂ ਹੋਰ ਵੀ ਬਹੁਤ ਕੁਝ ਦੱਸ ਸਕਦੇ ਨੇ, ਕਿਉਂਕਿ ਇਹਨਾਂ ਨੂੰ ਅੰਦਰਲਾ ਸਭ ਕੁਝ ਪਤਾ ਕਾਂਗਰਸ। ਮਾਲੀ ਸਾਹਿਬ, ਕਿਹੜੇ ਨੋਟ 'ਤੇ ਡਿਬੇਟ ਐਂਡ ਹੋਵੇ? ਮੈਂ ਕਰੂੰਗਾ। ਦੇਖੋ ਜੀ, ਇਹਦਾ ਸਾਰਾ ਹੀ ਸਿੱਟਾ ਇਹ ਬਣਦਾ ਵੀ ਇਹ ਸਿਰਫ ਵੋਟਾਂ ਦੀ ਸਿਆਸਤ ਕੀਤੀ ਜਾ ਰਹੀ ਆ, ਇਨਸਾਫ ਦੀ ਸਿਆਸਤ ਨਹੀਂ ਕੀਤੀ ਜਾ ਰਹੀ। ਸਟੇਟ ਦੀਆਂ ਨੀਤੀਆਂ ਪਾਲਸੀਆਂ ਜਿਹੜੀਆਂ ਗਲਤ ਨੇ ਉਹਨਾਂ ਨੂੰ ਬਦਲ ਦੀ ਸਿਆਸਤ ਨਹੀਂ ਕੀਤੀ ਜਾ ਰਹੀ। ਇਹਨਾਂ ਨੂੰ ਚਾਹੀਦਾ ਇਹ ਆ, ਜੋ ਕੁਛ ਇਹ ਕਹਿੰਦੇ ਆ ਉੱਥੇ ਮਤਾ ਲੈ ਕੇ ਆਉਣ ਪਾਰਲੀਮੈਂਟ ਦੇ ਵਿੱਚ। ਨਹੀਂ, ਤੁਸੀਂ ਜਿਹੜੀ ਕਹਿ ਰਹੇ ਹੋ ਵੋਟਾਂ ਦੀ ਸਿਆਸਤ ਕੀਤੀ ਜਾ ਰਹੀ, ਮੇਰਾ ਸਵਾਲ ਇਹ ਹੈਗਾ ਕਿ ਮਨਮੋਹਨ ਸਿੰਘ ਦੁਬਾਰਾ ਪ੍ਰਧਾਨ ਮੰਤਰੀ ਵਜੋਂ ਆਪਦੇ ਆਪ ਨੂੰ ਦੇਖ ਰਹੇ ਆ? ਨਹੀਂ, ਮੈਂ ਇਹ ਨਹੀਂ, ਫਿਰ ਵੋਟਾਂ ਦੀ ਸਿਆਸਤ ਮਨਮੋਹਨ ਸਿੰਘ ਕਰ ਰਹੇ, ਕੌਣ ਕਰ ਰਿਹਾ? ਤਾਂ ਚੱਲ ਰਹੀ ਹੈ ਨਾ ਜੀ, ਇੱਕ ਨੇ ਬਿਆਨ ਦਿੱਤਾ, ਇੱਕ ਨੇ ਬਿਆਨ ਦਿੱਤਾ, ਦੂਜਿਆਂ ਨੇ ਉਹਤੇ ਰਿਐਕਟ ਕੀਤਾ, ਰਿਐਕਟ ਕੀ ਕਰ ਰਿਹਾ ਜੀ? ਹੁਣ ਅਕਾਲੀ ਦਲ ਵਾਲੇ ਬੜਾ ਰੌਲਾ ਪਾ ਰਹੇ ਨੇ, ਸਿੱਟ ਬਣਾਤੀ ਜੀ ਬੀਜੇਪੀ ਨੇ,
ਉਹ ਇਨਸਾਫ ਨਹੀਂ ਦੇ ਸਕੀ ਨਾ ਭਾਜਪਾ ਦੀ ਨਾ ਕੋਈ ਹੋਰ ਨਾ ਸਾਂਝੀ ਸਰਕਾਰ ਇਸ ਕਰਕੇ ਉਹ ਜ਼ਖਮ ਨੇ ਅੱਲੇ ਨੇ ਉਦੋਂ ਨਾਲ ਦੀ ਨਾਲ ਕੋਈ ਗੱਲ ਆਉਂਦੀ ਆ ਮਤਲਬ ਤੂਫਾਨ ਉੱਠਦਾ ਨਾਲ ਦੀ ਨਾਲ ਵੋਟਾਂ ਦੀ ਸਿਆਸਤ ਸ਼ੁਰੂ ਹੋ ਜਾਂਦੀ ਹਾਂ ਡਾਟੇ ਲਓ ਫਟਾਫਟ ਦੇਖੋ ਗੱਲ ਇਹ ਹੈ ਬੜੀ ਸਿੰਪਲ ਆ ਅੱਜ ਵੀ ਮਤਲਬ ਜੇ ਫਰਜ਼ ਕਰੋ ਇੱਕ ਚੀਜ਼ ਆ 30 ਸਾਲ ਦਾ ਜਿਹੜਾ ਪਿਛਲਾ ਸੀਕ੍ਰੇਟ ਡਾਕੂਮੈਂਟਸ ਆ ਉਹਨੂੰ ਡੀਕੋਡ ਕਰਨ ਦਾ ਕਾਨੂੰਨ ਆ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਦੇ ਜਿਹੜੇ ਸੀਕ੍ਰੇਟ ਡਾਕੂਮੈਂਟਸ ਆ ਉਹਨੂੰ ਡੀਕੋਡ ਕਰ ਦੇ ਮੈਂ ਕਹਿੰਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹਨਾਂ ਦੇ ਬਹੁਤ ਵੱਡੇ ਲੀਡਰ ਆ ਔਰ ਉਹ ਸਾਂਝੀ ਵਾਲਾ ਜਿਹੜੀ ਸੈਂਟਰ ਦੀ ਸਰਕਾਰ ਹੈ ਕਿਉਂ ਨਹੀਂ ਉਹ ਮੋਦੀ 'ਤੇ ਜ਼ੋਰ ਪਾਉਂਦੇ ਕਿ ਕੱਢ ਡੀ ਕੋਡ ਕਰ ਉਹ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਪਤਾ ਲੱਗ ਜਾਊਗਾ ਬਹੁਤ ਧੰਨਵਾਦ ਕਿਹੜਾ ਇਨਵੋਲਵਡ ਆ ਕਿਹੜਾ ਨਹੀਂ ਇਨਵੋਲਵਡ ਬਹੁਤ ਬਹੁਤ ਅਹਿਮ ਸਵਾਲ ਹੈਗਾ ਬਹੁਤ ਅਹਿਮ ਸਵਾਲ ਠੀਕ ਹੈ ਵਿਕਰਮ ਜੀ ਤੁਹਾਡਾ ਬਹੁਤ ਨਾਮ ਮੈਂ ਵਕਤ ਨਹੀਂ ਦੇ ਸਕਦਾ ਕਿਹਦੇ ਵਿੱਚ ਮਾਫ ਕਰਨਾ ਇੱਕ ਤਾਂ ਡਾਕਟਰ ਮਨਮੋਹਨ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਨੇ 84 'ਚ ਕਿਸੇ ਨੂੰ ਫੋਨ ਕੀਤਾ ਕਿ ਤੁਸੀਂ ਐਕਸ਼ਨ ਲਓ ਆਰਮੀ ਦਾ ਠੀਕ ਹੈ ਸੈਕੰਡਲੀ ਡਾਕਟਰ ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਦਾ ਰੋਲ ਬਿਲਕੁਲ ਹੀ ਵਾਈਟ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਈ ਬਲੇਮਿੰਗ ਓਨਲੀ ਨਰਸਿਮਹਾ ਰਾਓ ਆਈ ਡੋਂਟ ਥਿੰਕ ਮਨਮੋਹਨ ਸਿੰਘ ਹੈਜ਼ ਬੀਨ ਵੈਰੀ ਫੇਅਰ ਇਨ ਸਟੇਟਮੈਂਟ ਚਲੋ ਬਹੁਤ ਧੰਨਵਾਦ ਵਿਕਰਮ ਜੀ ਤੁਹਾਡਾ ਸੁਦੇਸ਼ ਰੋਪੜ ਤੁਹਾਡਾ ਬਹੁਤ ਧੰਨਵਾਦ ਅਰਸ਼ਿਤ ਸਿੰਘ ਕਲੇਰ ਤੁਹਾਡਾ ਬਹੁਤ ਧੰਨਵਾਦ ਮਾਲੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਅਧੂਰੇ ਬਿਆਨ ਦਾ ਪੂਰਾ ਸੱਚ ਕੀ ਹੈਗਾ ਮੈਨੂੰ ਲੱਗਦਾ ਇਸ ਡਿਬੇਟ ਨੇ ਤੁਹਾਨੂੰ ਬਹੁਤ ਸਕੋਰ ਬਹੁਤ ਕੁਝ ਜਿਹੜਾ ਸੱਚ ਦੱਸ ਦਿੱਤਾ ਹੈਗਾ ਉਹ ਸਿਆਸਤ ਨੂੰ ਵੀ ਬੇਪਰਦਾ ਕਰ ਦਿੱਤਾ ਹੈਗਾ ਜਿਹੜਾ ਸਿਆਸੀ ਸਿਸਟਮ ਹੈ ਜਿਹੜਾ ਇਨਸਾਫ ਦੇਣਾ ਨਹੀਂ ਚਾਹੁੰਦਾ ਗਾ 3 ਦਿਨ ਵਿਕਰਮ ਜੀ ਥਾਰਾ ਨੇ ਕਿਹਾ ਕਿ ਡਿਲੇ ਹੋਇਆ ਅਤੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ 3 ਸਾਬਕਾ ਪ੍ਰਧਾਨ ਮੰਤਰੀਆਂ ਨੂੰ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈਗਾ ਅਤੇ ਖੁਦ ਵੀ ਘੇਰੇ ਵਿੱਚ ਖੜੇ ਆ ਇਹਨਾਂ ਸਵਾਲਾਂ ਦਾ ਜਵਾਬ ਅੱਜ ਨਹੀਂ ਮਿਲੇਗਾ ਪਰ ਭਵਿੱਖ 'ਚ ਮਿਲੇਗਾ ਜ਼ਰੂਰ ਕਿਉਂਕਿ ਭਾਰਤ ਹਲਕਾ ਸਾਰਿਆਂ ਨੇ ਕਰਨਾ ਬਹੁਤ ਧੰਨਵਾਦ